ਜੀ ਲੈ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਅਸੀਂ ਪ੍ਰੋਗਰਾਮ ਸਿੱਧੀ ਗੱਲ ਜਾਣੀ ਕਿ ਖੁੰਡ ਚਰਚਾ ਲੈ ਕੇ ਅਸੀਂ ਹਾਜ਼ਰ ਹੋ ਚੁੱਕਿਆ। ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਪੰਜਾਬ ਮਸਲਿਆਂ ਦੇ, ਹਿੰਦੁਸਤਾਨ ਦੇ ਮਸਲਿਆਂ ਤੇ, ਫੋਰਨ ਮਸਲਿਆਂ ਤੇ ਅਸੀਂ ਹਮੇਸ਼ਾ ਚਰਚਾ ਕਰਨ ਲਈ ਤਿਆਰ ਰਹਿੰਦੇ ਹਾਂ। ਮੇਰੇ ਨਾਲ ਉਹੀ ਮੇਰੇ ਸੀਨੀਅਰ ਸਾਥੀ ਪੱਤਰਕਾਰ ਨਿਰੰਜਨ ਸਿੰਘ ਜੀ ਲਹਿਰ ਹਾਜ਼ਰ ਹੋ ਚੁੱਕੇ ਨੇ ਸਾਡੇ ਦੋਹਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਲਹਿਰ ਸਾਹਿਬ ਮੇਰੇ ਨਾਲ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ, ਮਤਲਬ ਜਦੋਂ ਅਸੀਂ ਕੈਮਰੇ ਤੋਂ ਪਰਾਂ ਸੀ, ਕਿ ਯਾਰ ਪੰਜਾਬ ਨੂੰ ਕੀ ਹੋਇਆ ਪਿਆ। ਪੰਜਾਬ ਮੇਲਿਆਂ ਦਾ ਜਿਹੜਾ ਸਟੇਟ ਸੀ, ਪੰਜਾਬ ਗੁਰੂਆਂ ਪੀਰਾਂ ਦੀ ਸਟੇਟ ਸੀ, ਪੰਜਾਬ ਜਿਹਨੂੰ ਕਹਿ ਸਕਦੇ ਹਾਂ ਵੀ ਸਿਆਣੇ ਬਾਬਿਆਂ ਦਾ ਜਿਹਨੂੰ ਕਹਿ ਸਕਦੇ ਹਾਂ ਉਹਦਾ ਸਟੇਟ ਸੀ, ਪਰ ਅੱਜ ਪੰਜਾਬ ਉਹ ਪੰਜਾਬ ਨਹੀਂ ਰਿਹਾ। ਬੀਤੇ ਕੱਲ ਇੱਕ ਭਤੀਜਾ ਆਪਣੇ ਬਜ਼ੁਰਗ ਗ੍ਰੰਥੀ ਸਿੰਘ ਆ ਬੰਦਾ ਉਹ ਜਿਹੜਾ ਬਾਬਾ, ਉਹਦੀ ਦਾੜੀ ਪੱਟ ਕੇ ਸ਼ਰਿਆਂ ਵੀਡੀਓ ਬਣਾ ਰਿਹਾ। ਹੁਣ ਵੀਡੀਓ ਉਹਦੀ ਜਨਾਨੀ ਬਣਾ ਰਹੀ ਹੈ ਕਿ ਬੰਦਾ ਬਣਾ ਰਿਹਾ, ਇਸ ਗੱਲ ਦਾ ਹਾਲੇ ਦਾ ਖੁਲਾਸਾ ਨਹੀਂ ਹੋਇਆ। ਉਸ ਵੀਡੀਓ ਤੋਂ ਬਾਅਦ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਉਸ ਬੰਦੇ ਦਾ ਫੋਨ ਨੰਬਰ ਵੀ ਲੱਭ ਲਿਆ, ਲੱਭਣ ਤੋਂ ਬਾਅਦ ਉਹਦੇ ਨਾਲ ਸੰਪਰਕ ਵੀ ਸਾਧ ਲਿਆ, ਤਾਂ ਉਹਨੇ ਬਾਬੇ ਨੇ ਇਹ ਕਹਿ ਕੇ ਮਨਾ ਕਰਤਾ ਵੀ ਸਾਡਾ ਪਰਿਵਾਰਕ ਮਸਲਾ। ਜਦੋਂ ਸਿੰਘ ਸਿੱਖ ਜਥੇਬੰਦੀਆਂ ਨੇ ਲਹਿਲ ਸਾਹਿਬ ਇਹ ਗੱਲ ਕਹੀ ਵੀ ਇਹ ਹੁਣ ਪਰਿਵਾਰਕ ਮਸਲਾ ਨਹੀਂ ਹੈਗਾ, ਇਹ ਸਿੱਖਾਂ ਦੀ ਕੇਸਦਾੜੀ ਦਾ ਮਾਮਲਾ, ਉਹਨੂੰ ਪਿਆਰ ਨਾਲ ਸਮਝਾਇਆ ਗਿਆ, ਤੇ ਉਸ ਤੋਂ ਬਾਅਦ ਬਾਬਾ ਕਾਰਵਾਈ ਕਰਨ ਲਈ ਤਿਆਰ ਹੋਇਆ। ਲੋਕਾਂ ਦੇ ਦੱਸਣ ਮੁਤਾਬਕ ਪਹਿਲਾਂ ਵੀ ਇਹ ਦਾੜੀ ਪੱਟ ਚੁੱਕਿਆ। ਤੁਸੀਂ ਵੀਡੀਓ ਜਿਹੜਾ ਹੈ ਉਹ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਜਿਹੜਾ ਹੈ, ਇਹ ਕਲਯੁਗੀ ਸ਼ਖਸ ਆਪਣੇ ਜਿਹਨੂੰ ਕਹਿ ਸਕਦੇ ਆਪਣੇ ਬਾਪੂ ਦੀ ਦਾੜੀ ਨੂੰ ਕਿਵੇਂ ਤਾਰ ਤਾਰ ਕਰ ਰਿਹਾ ਤੇ ਕਿਵੇਂ ਉਹਦੀ ਕੁੱਟ ਮਾਰ ਰਿਹਾ, ਕਿਵੇਂ ਇੱਕ ਭੱਦੀ ਤੇ ਗੰਦੀ ਸ਼ਬਦਾਵਲੀ ਜਿਹੜੀ ਹੈ ਉਹ ਬੋਲ ਰਿਹਾ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕ੍ਰਾਈਮ ਜਿਹੜਾ ਹੈ ਡੇ ਬਾਈ ਡੇ ਵੱਧਦਾ ਜਾ ਰਿਹਾ, ਹਰ ਰੋਜ਼ ਕਤਲੋਕਾਰਤ ਹੋ ਰਹੀ ਹੈ, ਹਰ ਰੋਜ਼ ਸਨੈਚਿੰਗ ਹੋ ਰਹੀ ਹੈ। ਕੋਈ ਜਨਾਨੀ ਗਹਿਣਾ ਨਹੀਂ ਪਾ ਸਕਦੀ, ਕੋਈ ਮੁੰਦਰੀ ਨਹੀਂ ਪਾ ਸਕਦੀ, ਕੋਈ ਕੰਨਾਂ ਦੇ ਵਿੱਚ ਕਾਂਟੇ ਨਹੀਂ ਪਾ ਸਕਦੀ, ਗਲ 'ਚ ਤੁਸੀਂ ਪਰਸ ਪਾ ਕੇ ਨਹੀਂ ਲੈ ਕੇ ਜਾ ਸਕਦੇ। ਇੰਨਾ ਮਾੜਾ ਹਾਲਾਤ ਲਹਿਲ ਸਾਹਿਬ ਕਦੇ ਜੰਗਲਾਂ ਦੇ ਵਿੱਚ ਵੀ ਨਹੀਂ ਹੋਇਆ। ਜੰਗਲਾਂ ਦੇ ਵਿੱਚ ਵੀ ਜਾਨਵਰਾਂ ਦਾ ਪ੍ਰੋਟੋਕਾਲ ਹੁੰਦਾ ਵੀ ਕਿਹੜੇ ਜਾਨਵਰ ਨੂੰ ਖਾਣਾ, ਕਿਹੜੇ ਜਾਨਵਰ ਨੂੰ ਨਹੀਂ ਖਾਣਾ, ਪਰ ਇੱਥੇ ਤਾਂ ਹੁਣ ਹਰ ਛੋਟੀ ਵੱਡੀ ਮੱਛੀ ਇੱਕ ਦੂਜੇ ਨੂੰ ਖਾਣ ਦੇ ਵਿੱਚ ਲੱਗੀ ਹੋਈ ਹੈ। ਲਹਿਲ ਸਾਹਿਬ, ਪਹਿਲਾਂ ਤਾਂ ਜਿਹੜਾ ਵੀਡੀਓ ਤੁਸੀਂ ਦੇਖਿਆ, ਤੁਸੀਂ ਵੀ ਦੇਖਿਆ ਦਾੜੀ ਪੱਟੀ ਵਾਲਾ ਵੀਡੀਓ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਗੱਲ ਸਾਹਿਬ, ਗੱਲ ਤੇ ਆ ਵੀ ਜਿੱਦਾਂ ਦੇ ਹਾਲਾਤ ਅਸੀਂ ਹੁਣ ਸਵੇਰੇ ਜਦੋਂ ਅਖਬਾਰ ਪੜ੍ਹਦੇ ਹਾਂ ਜਾਂ ਅਸੀਂ ਉਸ ਤੋਂ ਬਾਅਦ ਟੈਲੀਵਿਜ਼ਨ ਵੇਖਦੇ ਹਾਂ ਜਾਂ ਉਹਦੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ, ਮੋਬਾਈਲ ਦੇ ਫੇਸਬੁੱਕ 'ਤੇ ਚੱਲ ਜਾਓ, ਯੂਟਿਊਬ 'ਤੇ ਚੱਲ ਜਾਓ ਜਾਂ ਕਿਸੇ ਹੋਰ ਸੋਸ਼ਲ ਮੀਡੀਆ 'ਤੇ ਚਲੇ ਜਾਓ, ਤੁਹਾਨੂੰ ਹੋਰ ਤਾਂ ਕੁਛ ਨਹੀਂ ਨਜ਼ਰ ਆਉਂਦਾ, ਸਿਰਫ ਕਤਲੋਗਾਰਤ ਨਜ਼ਰ ਆਉਂਦਾ। ਬਿਲਕੁਲ, ਕਿਤੇ ਮਾਂ ਨੂੰ ਪੁੱਤ ਨੇ ਇਸ ਕਰਕੇ ਮਾਰ ਦਿੱਤਾ ਕਿ ਉਹਨੇ ਨਸ਼ੇ ਵਾਸਤੇ ਪੈਸੇ ਨਹੀਂ ਦਿੱਤੇ। ਇਹ ਗੱਲ ਜਮਾ ਨਗਰ ਦੀ ਹੈ, ਇਹ ਕੱਲ ਦੀ ਗੱਲ ਹੈ, ਪਰਸੋਂ ਚੌਥ ਦੀ ਗੱਲ, ਪਰਸੋਂ ਚੌਥ ਦੀ ਗੱਲ। ਕਿਤੇ ਭਤੀਜਾ ਜਿਹੜਾ ਆਪਣੇ ਚਾਚੇ ਦੀ ਦਾੜੀ ਫੜ ਕੇ ਤੇ ਇੱਕ ਬੰਦਾ ਨਾਲ ਵੀਡੀਓ ਬਣਾਉਂਦਾ, ਉਹ ਕਿੰਨਾ ਮਾਣ ਮਹਿਸੂਸ ਕਰ ਰਿਹਾ ਹੋਊ ਕਿ ਮੈਂ ਆਪਣੇ ਚਾਚੇ ਦੀ ਦਾੜੀ ਹੱਥ 'ਚ ਫੜ ਕੇ ਤੇ ਵੀਡੀਓ ਬਣਾ ਰਿਹਾ। ਉਹਨੇ ਸਾਰੇ ਜਿਹੜੇ ਰਿਸ਼ਤੇ ਜਿਹੜੇ ਉਹ ਛਿੱਕੇ ਟੰਗ ਦਿੱਤੇ। ਕਿਤੇ ਘਰ ਬੈਠੀ ਲੇਡੀ ਜਿਹੜੀ ਹੈ, ਉਹ ਦੋ ਬੰਦੇ ਆਉਂਦੇ ਨੇ ਤੇ ਆਪਣਾ ਉਹ ਹਥਿਆਰ ਵਿਖਾ ਕੇ ਤੇ ਉਹ ਲੁੱਟ ਕੇ ਘਰ ਚਲੇ ਜਾਂਦੇ ਨੇ। ਹੋਰ ਤੇ ਹੋਰ ਛੱਡੋ, ਬਾਜ਼ਾਰਾਂ 'ਚ, ਘਰਾਂ 'ਚ ਜਾਂ ਕਿਤੇ ਹੋਰ ਵੀ ਜਿਹੜੀਆਂ ਇਹ ਸਾਰੀਆਂ ਘਟਨਾਵਾਂ ਨਿੱਤ ਦਿਨ, ਕੋਈ ਟਾਈਮ ਇਹੋ ਜਿਹਾ ਖਾਲੀ ਨਹੀਂ। ਟੀਵੀ 'ਤੇ ਸਿਰਫ ਤੇ ਸਿਰਫ ਜਿੰਨੀਆਂ ਵੀ ਖਬਰਾਂ ਗਿੱਲ ਸਾਹਿਬ ਆਉਂਦੀਆਂ ਨੇ ਨਾ, ਉਹਨਾਂ 'ਚ ਕੋਈ ਸਿਧਾਂਤਕ ਖਬਰ ਹੈ ਹੀ ਨਹੀਂ। ਉਹਦੇ 'ਚ ਕੋਈ ਮਤਲਬ ਇੱਦਾਂ ਦੀ ਡਿਬੇਟ ਜਾਂ ਇੱਦਾਂ ਦਾ ਕੋਈ ਸਿੱਖਿਆਦਾਇਕ ਪ੍ਰੋਗਰਾਮ ਹੀ ਨਹੀਂ।
ਸਿਰਫ ਉਹਦੇ ਚ ਕੀ ਆ, ਆਓ ਸਮਝੀਏ ਤੇ ਆਓ ਦੇਖੀਏ ਤੇ ਉਹਦੇ ਚ ਦਿਖਾਉਂਦੇ ਕੀ ਨੇ, ਇਹ ਕਤਲੋਗਾਰਤ, ਇਹ ਚੈਨੀਆਂ ਉਤਰਨੀਆਂ, ਇਹ ਜਿੱਤਾਂ ਨੂੰ ਹੱਥ ਪਾਇਆ। ਆ ਪਰਸੋਂ ਇੱਕ ਨਾਬਾਲਗ ਕੁੜੀ ਜਿਹੜੀ ਸੀ ਉਹ ਪਿੰਡ ਦੀ ਖਾਰ, ਛੋਟੀ ਬੱਚੀ, ਉਹਦੇ ਨਾਲ ਬਲਾਤਕਾਰ ਹੋ ਗਿਆ। ਦੱਸੋ, ਹੋਰ ਤੇ ਛੱਡੋ, ਮੈਂ ਕਹਿੰਦਾ ਇਹ ਸਾਰਾ ਕੋਈ ਛੱਡ ਦਿਓ, ਉਹ ਸਾਡੀਆਂ ਜਿਹੜੀਆਂ ਕੋਰਟ ਕਚਹਿਰੀਆਂ ਨੇ, ਅੱਜ ਉੱਥੇ ਵੀ ਇਹ ਹਾਲ ਹੋ ਰਿਹਾ। ਦੋ ਦਿਨ ਪਹਿਲਾਂ ਚੰਡੀਗੜ੍ਹ ਦੀ ਕੋਰਟ ਦੇ ਅੰਦਰ ਜਿਹੜੇ ਸਾਬਕਾ ਏਡੀਜੀ ਜਿਹੜਾ ਸੀਗਾ, ਹਾਂ ਇਹ ਆਪਾਂ ਜਿਹਨੂੰ ਡੀ ਆਈ ਜੀ, ਉਹਦੇ ਵੱਲੋਂ ਮਾਲਵਿੰਦਰ ਜਿਹੜਾ ਸਿੱਧੂ ਹੈ ਉਹਨੇ ਆਪਣੇ ਜਵਾਈ ਆਈ ਆਰ ਅਫਸਰ ਨੂੰ ਗੋਲੀਆਂ ਹੀ ਮਾਰਤੀਆਂ। ਹੁਣ ਜੇ ਉਸ ਥਾਂ ਤੇ ਜਿੱਥੇ ਡਿਟੈਕਟਰ ਲੱਗੇ ਹੋਣ, ਮੈਡੀਕਲ ਡਿਟੈਕਟਰ ਲੱਗੇ ਹੋਣ, ਜਿੱਥੇ ਪੁਲਿਸ ਹੋਵੇ, ਜਿੱਥੇ ਸੇਫਟੀ ਦੇ ਪੂਰੇ ਜਿਹੜੇ ਉਹ ਸਾਧਨ ਹੋਣ, ਤਾਂ ਉਸ ਕੋਰਟ ਕੰਪਲੈਕਸ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਆਈ ਆਰ ਅਫਸਰ ਨੂੰ ਮਾਰਤਾ ਜਾਵੇ ਜਿਹੜਾ ਕਦੇ ਜਵਾਈ ਸੀ, ਜਾਂ ਹੋਰਨਾਂ ਥਾਵਾਂ ਤੇ। ਸ਼ੋਰ ਛੱਡੋ, ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਲੋਕੀ ਗੁਰੂ ਘਰ ਦੇ ਅੰਦਰ ਅਰਦਾਸ ਕਰਦੇ ਨੇ ਕਿ ਸੱਚੇ ਪਾਤਸ਼ਾਹ ਸਮਤ ਬਖਸ਼ੀ, ਸਰਬੱਤ ਦਾ ਭਲਾ ਦਵੀ, ਮਨ ਨੂੰ ਸ਼ਾਂਤੀ ਦੇਵੀ, ਸਦਭਾਵਨਾ ਦਵੀ, ਭਰੋਸਾ ਦਵੀ, ਜਾਂ ਮਤਲਬ ਏਦਾਂ ਦੀਆਂ ਅਰਦਾਸਾਂ ਕਰਨ ਜਾਂਦੇ ਹਾਂ, ਸ਼ਾਂਤ ਹੁੰਦੇ ਹਾਂ। ਉਸ ਦਰਬਾਰ ਸਾਹਿਬ ਦੇ ਵਿੱਚ ਵੀ ਉਸ ਜਿਹੜਾ ਸੀ ਇੱਕ ਅਧਿਕਾਰੀ ਸੀ ਜਿਹੜਾ ਅਕਾਊਂਟ ਸੈਕਸ਼ਨ ਸੀ, ਉਹਦੇ ਚ ਜਿਹੜੀਆਂ ਉਹਨਾਂ ਨੂੰ ਉਹਦੇ ਆਪਣੇ ਗਾਤਰੇ ਨਾਲ ਹੀ ਗਾਤਰਾ ਕੱਢ ਕੇ ਉਹਨੂੰ ਮਾਰਤਾ, ਇੱਕ ਮੁੰਡੇ ਤੇ ਉਹਦੇ ਪਿਓ ਨੇ। ਹੁਣ ਦੱਸੋ ਸੇਫਟੀ ਰਹੀ ਕਿੱਥੇ ਗਿੱਲ ਸਾਹਿਬ? ਸੇਫਟੀ ਕਾਰਾਂ ਚ ਨੀ, ਗੱਡੀਆਂ ਚ ਨੀ, ਜਹਾਜ਼ਾਂ ਚ ਉਹ ਡਰ ਹੈ ਵੀ ਕਦੇ ਜਹਾਜ਼ ਨਾ ਕਿੰਨੇ ਨਾ ਪੁੱਜੇ। ਮਤਲਬ ਇਹਦੇ ਪਿੱਛੇ ਸਾਡੇ, ਮੈਂ ਜਿਹੜੀ ਸਮਝਦਾ, ਆਪਾਂ ਸਾਰੇ ਸਰਕਾਰਾਂ ਨੂੰ ਹੀ ਦੋਸ਼ ਦਿਆਂਗੇ ਵੱਧ ਤੋਂ ਵੱਧ, ਕੋਈ ਪੁਲਿਸ ਨੂੰ ਦੋਸ਼ ਦਿੰਦਾ, ਕੋਈ ਸਰਕਾਰ ਨੂੰ ਦੋਸ਼ ਦਿੰਦਾ, ਕੋਈ ਸਿਸਟਮ ਨੂੰ ਦੋਸ਼ ਦਿੰਦਾ, ਪਰ ਕਦੇ ਆਪਣੇ ਅੰਦਰ ਝਾਤੀ ਤੁਸੀਂ ਮਾਰੀ ਆ ਵੀ ਤੁਸੀਂ ਇੰਨੇ ਮਾਨਸਿਕ ਰੋਗੀ ਹੋ ਗਏ ਹੋ, ਇੰਨੇ ਮਾਨਸਿਕ ਪੱਧਰ ਇੰਨਾ ਨੀਵਾਂ ਹੋ ਗਿਆ। ਰਾਜਨੀਤਿਕ ਤਾਂ ਸੁਣਿਆ ਸੀ ਵੀ ਰਾਜਨੀਤਿਕ ਲੋਕ ਜਿਹੜੇ ਨੇ ਸਿਰਫ ਸਾਡੇ ਲੋਕਾਂ ਨੂੰ ਉਲਝਾ ਕੇ ਤੇ ਆਪਣੇ ਰਾਜਸੀ ਹਿੱਤ ਪੂਰੇ ਕਰਦੇ ਨੇ, ਜਾਂ ਉਹ ਸਾਨੂੰ ਇਹੋ ਜਿਹੇ ਉਲਝਾਣ ਚ ਪਾ ਕੇ ਤੇ ਆਪਣੀ ਲੁੱਟ ਕਸੁੱਟ ਦਾ ਜਿਹੜਾ ਉਹਨਾਂ ਕੋਲ ਸਾਧਨ ਪੈਦਾ ਕਰਦੇ ਨੇ। ਪਰ ਮੈਂ ਇਹ ਨਹੀਂ ਸੀ ਕਦੇ ਵੇਖਿਆ ਵੀ ਅੱਜ ਇਨਸਾਨ ਹੀ ਇਨਸਾਨ ਨੂੰ ਖਤਮ ਕਰਨ ਤੁਲਿਆ ਹੋਵੇ, ਤੇ ਇਹਦੇ ਪਿੱਛੇ ਲੌਜਿਕ ਸਿਰਫ ਤੇ ਸਿਰਫ ਆ। ਅਜੇ ਜੰਗਲੀ ਰਾਜ ਜਿਹੜਾ ਤੁਸੀਂ ਗੱਲ ਕੀਤੀ ਨਾ ਵੀ ਜੰਗਲ ਦੇ ਪ੍ਰੋਟੋਕੋਲ, ਜੰਗਲ ਦੇ ਰਾਜ, ਜੰਗਲ ਦਾ ਰਾਜ ਵੀ ਇਦਾਂ ਦਾ ਨਹੀਂ ਸੀ। ਜੰਗਲ ਦੇ ਰਾਜ ਚੋਂ ਤੇ ਅਸੀਂ ਸਿੱਖ ਕੇ ਇੱਕ ਆਧੁਨਿਕ ਯੁੱਗ ਚ ਆਏ ਸੀ। ਮਤਲਬ ਜਿਸ ਵੇਲੇ ਮਨੁੱਖ ਨੇ ਨਾ ਜਿਹੜੀ ਹੋਸ਼ ਸੰਭਾਲੀ ਹੈ, ਜਦੋਂ ਆਪਣੇ ਇਸ ਜਾਮੇ ਚ ਆਇਆ, ਤਾਂ ਉਸ ਵੇਲੇ ਇੱਕ ਕਬੀਲਾ ਦੂਜੇ ਕਬੀਲੇ ਨੂੰ ਮਤਲਬ ਜਿਹੜਾ ਹਥਿਆਉਣ ਲਈ ਇਹ ਵਾਰ ਕਰਦਾ ਸੀ ਇੱਕ ਦੂਜੇ ਦੇ ਮੂੰਹ ਚੋਂ, ਜਿਹੜੀ ਕਿਉਂਕਿ ਖਾਣ ਪੀਣ ਲਈ ਤਾਂ ਕੋਈ ਸਾਧਨ ਨਹੀਂ ਸੀ ਜੰਗਲਾਂ ਚ ਸੀ, ਤੇ ਉਹ ਆਪਣਾ ਸ਼ਿਕਾਰ ਦੂਜੇ ਕਬੀਲੇ ਤੋਂ ਖੋ ਕੇ ਇਹ ਹਮਲੇ ਕਰਦਾ ਸੀ। ਪਰ ਅੱਜ ਤਾਂ ਯਾਰ ਇਦਾਂ ਦੀ ਹੱਦ ਹੋ ਗਈ, ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਇਕੱਠਾਂ ਚ ਸੂਬੇ ਸ਼ਹਿਰਾਂ ਚ ਪਿੰਡਾਂ ਚ ਵਿਕਾਸ ਕਰਦੇ ਕਰਦੇ ਇੱਥੋਂ ਤੱਕ ਸਾਡੀ ਨੌਲੇਜ ਵੱਧ ਗਈ, ਇੱਥੋਂ ਤੱਕ ਅਸੀਂ ਐਜੂਕੇਟ ਹੋ ਗਏ ਕਿ ਅਸੀਂ ਚੰਦਰਮਾ ਤੱਕ ਜਿਹੜੇ ਉਹ ਚਲੇ ਗਏ। ਪਰ ਅੱਜ ਮਾਨਸਿਕਤਾ ਇੰਨੇ ਨੀਵੇਂ ਪੱਧਰ ਤੇ ਚਲੇ ਗਿਆ ਵੀ ਅਸੀਂ ਫਿਰ ਜੰਗਲੀ ਹੋਣ ਵੱਲ ਵੱਧ ਰਹੇ ਹਾਂ। ਲੈ ਸਰ, ਪਤਾ ਕੀ ਗੱਲ ਹੈਗੀ ਹੈ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਕਹਿੰਦੇ ਜੰਗਲ ਤੋਂ ਜ਼ਮੀਨ ਤੱਕ ਦਾ ਰਸਤਾ ਹਨਾ ਜੀ, ਇਹ ਤੈਅ ਕੀਤਾ ਹਨਾ। ਕਹਿੰਦੇ ਸਾਡੇ ਪੂਰਵਜ ਅਸਮਾਨ ਤੱਕ ਦਾ ਕੀਤਾ, ਸਾਡੇ ਪੂਰਵਜ ਕਹਿੰਦੇ ਬਾਂਦਰ ਸੀ ਹਨਾ, ਹੌਲੀ ਹੌਲੀ ਨਸਲ ਚ ਸੁਧਾਰ ਹੁੰਦਾ ਗਿਆ ਤਾਂ ਇਨਸਾਨ ਬਣ ਗਿਆ। ਬਿਲਕੁਲ, ਪਰ ਮੈਨੂੰ ਇਹ ਲੱਗਦਾ ਵੀ ਜੇ ਹੁਣ ਇਨਸਾਨ ਦੁਬਾਰੇ ਪੁੱਠਾ ਰਿਵਰਸ ਗੇਅਰ ਲਾਇਆ ਹੋਇਆ, ਉਹ ਬਾਂਦਰ ਦੀ ਪ੍ਰਵਿਰਤੀ ਦੇ ਵਿੱਚ ਫੇਰ ਆ ਰਿਹਾ,
ਉਹਦਾ ਕਾਰਨ ਕੀ ਹੈ? ਜਦੋਂ ਇਨਸਾਨੀ ਕਦਰਾਂ ਕੀਮਤਾਂ ਖਤਮ ਹੋ ਜਾਣ, ਇਨਸਾਨੀ ਹਰ ਚੀਜ਼ ਖਤਮ ਹੋ ਜਾਵੇ, ਉਹਨੂੰ ਸ਼ਰਮ ਨਾ ਹੋਵੇ, ਉਹਨੂੰ ਧੀ ਭੈਣ ਦੀ ਲਿਹਾਜ਼ ਨਾ ਹੋਵੇ, ਉਹਨੂੰ ਸਿਆਣੇ ਬਜ਼ੁਰਗ ਦੀ ਲਿਹਾਜ਼ ਨਾ ਹੋਵੇ, ਤਾਂ ਫਿਰ ਐ ਸਮਝ ਲਓ ਕਿ ਦਿਮਾਗ ਬੁੱਧੀ ਭ੍ਰਿਸ਼ਟੀ ਨਹੀਂ ਕਹਿ ਸਕਦੇ, ਬੁੱਧੀ ਖਤਮ ਹੋਈ ਕਹਿ ਸਕਦੇ ਆ। ਬਿਲਕੁਲ, ਕਿਉਂਕਿ ਬੁੱਧੀ ਭ੍ਰਿਸ਼ਟੀ ਫਿਰ ਵੀ ਠੀਕ ਹੋ ਜਾਂਦੀ ਹੈ। ਕੋਈ ਸਿਆਣਾ ਬੰਦਾ ਸਲਾਹ ਦੇ ਜਾਂਦਾ, ਕੋਈ ਬੰਦਾ ਸੰਗਤ ਹੀ ਕਰ ਲੈਂਦਾ ਕਿਸੇ ਸਿਆਣੇ ਬੰਦੇ ਦੀ। ਸੋ ਅੱਜ ਕਾਨੂੰਨ ਤੇ ਅਮਨ, ਲਹਿਲ ਸਾਹਿਬ ਜੀ, ਦੋ ਗੱਲਾਂ ਨੇ ਜਿਹੜੀਆਂ ਖਤਮ ਨੇ ਬਿਲਕੁਲ ਪੂਰੇ ਹਿੰਦੁਸਤਾਨ ਦੇ ਵਿੱਚ। ਬਹੁਤ ਸਾਰੇ ਮੁਲਕ ਇਹੋ ਜਿਹੇ ਨੇ ਲਹਿਲ ਸਾਹਿਬ ਜਿੱਥੇ ਕ੍ਰਾਈਮ ਨਾਂ ਦੀ ਚੀਜ਼ ਹੈ ਕੋਈ ਨੀ, ਜੇਲ੍ਹ ਨਾਂ ਦੀ ਕੋਈ ਚੀਜ਼ ਹੈ ਨੀ, ਪੁਲਿਸ ਨਾਂ ਦੀ ਬਹੁਤ ਨਾਂ ਮਾਤਰ ਪੁਲਿਸ ਵਾਲੇ ਨੇ, ਉਹ ਵੀ ਲੋਕ ਨੇ ਯਾਰ, ਉਹ ਬੜੀ ਸ਼ਾਂਤੀ ਨਾਲ ਰਹਿੰਦੇ ਨੇ। ਪਰ ਸਾਡੇ ਹਿੰਦੁਸਤਾਨ ਦੇ ਵਿੱਚ ਨਾ ਇੱਕ ਧਰਮ ਦੇ ਨਾਂ ਤੇ ਹਾਹਾਕਾਰ, ਇੱਕ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਦੂਜੇ ਨੂੰ ਥੱਲੇ ਲਾਉਣਾ, ਲੈਟ ਡਾਊਨ ਕਰਨਾ ਵੀ, ਲਾ ਯਾਰ ਇਹ ਚੰਗਾ ਕਿਉਂ ਖਾ ਰਿਹਾ, ਇਹ ਚੰਗਾ ਕਿਉਂ ਪਾ ਰਿਹਾ, ਇਹ ਕੁੜੀ ਹੈ। ਹੁਣ ਪਰਸੋਂ ਦੀ ਗੱਲ ਹੈ ਲਹਿਲ ਸਾਹਿਬ, ਅੰਮ੍ਰਿਤਸਰ ਦੇ ਵਿੱਚ ਪਿੰਡ ਦੇ ਕੁਛ ਸ਼ਹਿਰ ਦੇ ਨੌਜਵਾਨ ਮੁੰਡੇ ਇੱਕ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਨੇ, ਉਹ ਕੁੜੀ ਲਾਂਭਾ ਲੈ ਕੇ ਜਾਂਦੀ ਹੈ ਮੁੰਡੇ ਵਾਲੇ ਦੇ ਘਰੇ, ਉਲਟਾ ਮੁੰਡੇ ਵਾਲੇ ਕਹਿੰਦੀ, ਮਾਂ ਕਹਿੰਦੀ ਹੈ ਇਹ ਤਾਂ ਐਂ ਕਰਨਗੇ ਜੀ, ਤੁਸੀਂ ਆਪਣਾ ਅੰਦਰ ਰਹੋ। ਜਦੋਂ ਇਸ ਗੱਲ ਦਾ ਗੁਰਸਿੱਖ ਮੁੰਡਾ ਸੀ ਉਹਦੇ ਭਰਾ ਦਾ, ਜਦੋਂ ਉਹਨੇ ਵਿਰੋਧ ਕੀਤਾ ਤਾਂ 14-15 ਜਾਣੇ ਉਸ ਮੁੰਡੇ ਤੇ ਹਮਲਾ ਕਰਕੇ ਉਹਨੂੰ ਜ਼ਖਮੀ ਕਰ। ਲਹਿਲ ਸਾਹਿਬ ਅੱਜ ਉਹ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਵੀ ਆਪਾਂ ਕਿਸੇ ਨੂੰ ਉੱਚੀ ਆਵਾਜ਼ 'ਚ ਗੱਲਬਾਤ ਕਰਾਂਗੇ, ਹੈ ਨਾ। ਪਹਿਲਾਂ ਹੁੰਦਾ ਸੀਗਾ ਪਿਓ ਪੁੱਤ ਨੂੰ ਕੁੱਟ ਲਾਉਂਦਾ ਸੀ, ਠੀਕ ਹੈ ਨਾ, ਚਾਚੇ ਤਾਏ ਸਾਰੇ ਗਾਲਾਂ ਕੱਢ ਲੈਂਦੇ ਸੀ, ਭਰਾ ਭਰਾ ਵੱਡਾ ਭਰਾ ਛੋਟੇ ਭਰਾ ਨੂੰ ਗਾਲਾਂ ਕੱਢ ਲੈਂਦਾ ਸੀ। ਪਰ ਅੱਜ ਕੀ ਹੈ, ਅੱਜ ਹਰੇਕ ਬੰਦੇ ਕੋਲ ਹਥਿਆਰ ਹੈ, ਹਰੇਕ ਬੰਦੇ ਕੋਲ ਡਾਂਗ ਹੈ, ਅਗਲਾ ਕਹਿੰਦਾ ਤੂੰ ਕੌਣ ਹੈ ਤੇ ਮੈਂ ਕੌਣ ਹੈ। ਪਰ ਇਹਦੀਆਂ ਪਵਾੜੀ ਦੀਆਂ ਜਨਰਲ ਲਹਿਲ ਸਭ ਜਨਾਨੀਆਂ ਨੇ ਜਿਹੜੀਆਂ ਵਿੱਚ ਵਿਚਾਲੇ ਨੇ, ਜੇਠ ਦੀ ਘਰਵਾਲੀ, ਦਿਓਰ ਦੀ ਘਰਵਾਲੀ, ਇਹ ਫਿਰ ਅੱਗ ਲਾਉਂਦੀਆਂ ਨੇ, ਮਸਾਲਾ ਲਾਉਂਦੀਆਂ ਨੇ ਵੀ ਤੂੰ ਕਿਹੜਾ ਘੱਟ ਹੈ, ਤੂੰ ਕਿਹੜਾ ਘੱਟ ਹੈ। ਬਹੁਤ ਸਾਰੇ ਲਹਿਲ ਸਭ ਕਤਲੋ ਜਿਹੜੇ ਕੇਸ ਹੋਏ ਹਨ ਉਹ ਜਨਾਨੀਆਂ ਕਰਕੇ ਹੋਏ ਨੇ, ਗੱਲ ਯਾਦ ਰੱਖਿਓ। ਜਨਾਨੀਆਂ ਜਦੋਂ ਜਨਾਨੀਆਂ ਇੰਟਰਫੇਅਰ ਕਰਦੀਆਂ ਨਾ ਬੰਦਿਆਂ ਦੇ, ਦੇਖੋ ਦੋ ਭਰਾ ਹੈ ਲਹਿਲ ਸਾਹਿਬ, ਅੱਗੇ ਸੰਯੁਕਤ ਪਰਿਵਾਰ ਹੁੰਦਾ ਸੀ ਨਾ, ਇੱਕ ਮਾਂ ਦੇ ਪੰਜ ਪੰਜ ਮੁੰਡੇ ਹੁੰਦੇ ਸੀ, ਪੰਜੇ ਮੁੰਡੇ ਜਦੋਂ ਕੁਆਰੇ ਸੀ ਉਦੋਂ ਮਾਂ ਦੇ ਕੋਲੇ ਬਹਿ ਕੇ ਰੋਟੀ ਖਾਂਦੇ ਸੀ ਨਾ, ਬਿਲਕੁਲ, ਇੱਕ ਦੂਜੇ ਤੋਂ ਬੁਰਕੀਆਂ ਵੀ ਖੋਹਦੇ ਸੀ, ਇੱਕ ਦੂਜੇ ਤੋਂ ਸਬਜ਼ੀਆਂ ਵੀ ਖੋਹਦੇ ਸੀ। ਪਰ ਜਿਵੇਂ ਜਿਵੇਂ ਵਿਆਹ ਹੋਈ ਜਾਂਦਾ, ਡੰਗਾ ਡੋਰੀਆਂ ਲੈ ਕੇ ਉਹ ਆਡਰ ਹੁੰਦੇ ਜਾ ਰਹੇ ਨੇ, ਫਿਰ ਉਹਨਾਂ ਨੂੰ ਆਪਣੇ ਪਰਿਵਾਰਾਂ ਦੀ ਪੈ ਗਈ, ਫਿਰ ਉਹੀ ਭਰਾ ਇੱਕ ਦੂਜੇ ਦੇ ਬੈਰੀ ਬਣ ਗਏ। ਲਹਿਲ ਸਾਹਿਬ ਫਿਰ ਇਹ ਭਰਾ ਤਾਂ ਭਰਾ ਦੇ ਬੈਰੀ ਨਾ ਬਣੇ, ਇਹਦਾ ਮਤਲਬ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ। ਜਨਾਨੀਆਂ ਨੇ ਭਰਾਵਾਂ ਨੂੰ ਇਹੋ ਜਿਹੀ ਕੋਈ ਪੁੱਠੀ ਮੱਤ ਦਿੱਤੀ ਜਿਹਦੇ ਨਾਲ ਉਹ ਬੈਰੀ ਬਣ ਗਏ। ਸਤਵਿੰਦਰ ਬੁੱਗੇ ਵਾਲਾ ਹਾਲ ਵੇਖ ਲਓ, ਉਹਦਾ ਭਰਾ ਹੈਗਾ ਆਪ, ਉਹ ਇੰਨਾ ਸਤਵਿੰਦਰ ਬੁੱਗਾ ਗਾਇਕ ਵੀ ਹੈ, ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦਾ, ਪਰ ਉਹਨੇ ਛੋਟੇ ਭਰਾ ਦੇ ਕਿੰਨਾ ਉਹ ਕੀਤਾ, ਉਹਦੀ ਭਰਜਾਈ ਤੱਕ ਮਰ ਗਈ ਉਸ ਜਦੋ ਜਹਿਦ ਦੇ ਵਿੱਚ, ਭਰਜਾਈ ਤੱਕ ਮਰ ਗਈ। ਹੁਣ ਪਰਸੋਂ ਦੀ ਗੱਲ ਹੈ ਲਹਿਲ ਸਾਹਿਬ, 4-5 ਦਿਨ ਪਹਿਲਾਂ ਦੀ ਗੱਲ ਹੈ, 4-5 ਦਿਨ ਪਹਿਲਾਂ ਦੀ ਗੱਲ ਦੇ ਵਿੱਚ ਕੀ ਹੋਇਆ, ਇੱਕ ਜਨਾਨੀ ਨੇ, ਇੱਕ ਕੁੜੀ ਦੀ ਡੈਥ ਹੋ ਜਾਂਦੀ ਹੈ, ਬਿਲਕੁਲ 13 ਸਾਲ ਦੀ ਕੁੜੀ ਹੈ, ਉਹਦੀ ਡੈਥ ਹੋ ਜਾਂਦੀ ਹੈ ਤੇ ਉਹਦਾ ਸੰਸਕਾਰ ਵੀ ਕਰ ਦਿੱਤਾ ਜਾਂਦਾ। ਲੇਕਿਨ ਜਦੋਂ ਪੁਲਿਸ ਨੂੰ ਇਸ ਗੱਲ ਦਾ ਖੁਲਾਸਾ ਕੋਈ ਰਿਪੋਰਟ ਦਿੰਦਾ ਵੀ ਇਹਦੀ ਜਾਂਚ ਕੀਤੀ ਜਾਵੇ, ਜੇ ਸਾਨੂੰ ਸ਼ੱਕੀ ਜਾਂਚਦਾ ਕੋਈ ਰਿਸ਼ਤੇਦਾਰ ਸੀ ਤਾਇਆ ਚਾਚਾ, ਉਹਨੇ ਪੁਲਿਸ ਨੂੰ ਕੀਤਾ, ਫਿਰ ਬਲ ਸਾਹਿਬ ਨੇ ਜਾਂਚ ਸ਼ੁਰੂ ਕੀਤੀ ਉਹਦੀ, ਹਰਸਿਮਰਨ ਬਲ ਹੋਰਾਂ ਨੇ, ਬਿਲਕੁਲ ਕੀ ਨਤੀਜਾ ਆਇਆ ਲਹਿਲ ਸਾਹਿਬ, ਦਿਲ ਦਹਿਲਾ ਦੇਣ ਵਾਲਾ ਰਿਜ਼ਲਟ ਸਾਹਮਣੇ ਆਇਆ। ਉਹ ਜਨਾਨੀ ਦੇ ਜਿਹੜਾ ਘਰ ਵਾਲਾ ਸੀ ਉਹ ਫੌਜੀ ਸੀ, ਉਹ ਬੇਚਾਰਾ ਫੌਜ 'ਚ ਸੇਵਾ ਨਿਭਾ ਰਿਹਾ, ਉਹਦੇ ਜੇਠ ਨਾਲ ਨਜਾਇਜ਼ ਤਾਲੁਕਾ ਸੀ, ਸਿਰਫ ਨਜਾਇਜ਼ ਸੰਬੰਧਾਂ ਦੀ ਪੂਰਤੀ ਕਰਨ ਦੇ ਲਈ, ਸਰੀਰਕ ਸੰਬੰਧਾਂ ਦੀ ਪੂਰਤੀ ਕਰਨ ਲਈ ਉਹਨੇ ਆਪਣੇ 13 ਸਾਲ ਦੀ ਬੱਚੀ ਨੂੰ ਪਹਿਲਾਂ ਜ਼ਹਿਰ ਦਿੱਤਾ, ਜਦੋਂ ਜ਼ਹਿਰ ਨਾਲ ਨਾ ਮਿਲੀ ਫਿਰ ਉਹਦਾ ਗਲ ਘੋੜ ਕੇ ਮਾਰ ਕੇ ਉਹਦਾ ਅੰਤਮ ਸੰਸਕਾਰ ਵੀ ਕਰਤਾ। ਲਹਿਲ ਸਾਹਿਬ ਆਪ ਫਰਾਰ ਹੋ ਗਏ, ਆਪ ਫਰਾਰ ਹੋ ਗਏ, ਤੁਸੀਂ ਇਸ ਸਮਾਜ 'ਚ ਗੱਲਾਂ ਕਰਦੇ ਹੋ, ਇਹ ਸਮਾਜ ਨੂੰ ਤੁਸੀਂ ਕਹਿੰਦੇ ਵੀ ਬਾਬਿਆਂ ਦਾ ਸਮਾਜ ਹੈ, ਤੁਸੀਂ ਇਹ ਸਮਾਜ ਨੂੰ ਗੱਲ ਕਰਦੇ ਵੀ ਗੁਰੂਆਂ ਦਾ ਸਮਾਜ ਹੈ, ਮੈਂ ਕਹਿੰਦਾ ਲਹਿਲ ਸਾਹਿਬ ਗੁਰੂ ਤਾਂ ਨੇੜੇ ਤੇੜੇ ਵੀ ਨਹੀਂ, ਪਰਮਾਤਮਾ ਤਾਂ ਹੁਣ ਨੇੜੇ ਤੇੜੇ ਵੀ ਨਹੀਂ ਰਿਹਾ ਲਹਿਲ ਸਾਹਿਬ।
ਲੋਕਾਂ ਨੂੰ ਕੋਈ ਖੌਫ ਨਹੀਂ, ਨਾ ਕਿਸੇ ਦੇਵੀ ਦੇਵਤੇ ਦਾ, ਲੋਕਾਂ ਨੂੰ ਕੋਈ ਖੌਫ ਨਹੀਂ ਮਾਂ ਦਾ, ਲੋਕਾਂ ਨੂੰ ਕੋਈ ਖੌਫ ਨਹੀਂ ਪਿਓ ਦਾ। ਲੋਕ ਸਿਰਫ ਆਪਣੀ ਮਨਮਾਈ ਕਰਨ ਮਨਮਾਨੀ ਕਰਨਾ ਚਾਹੁੰਦੇ ਨੇ। ਅੱਜ ਹਰ ਬੰਦਾ ਆਪਣਾ ਸਿੱਕਾ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਵੱਡਾ ਤੂੰ ਛੋਟਾ ਹੈ, ਮੈਂ ਵੱਡਾ ਤੂੰ ਛੋਟਾ ਹੈ, ਮੈਂ ਲੁਟੇਰਾ ਤੈਨੂੰ ਮੈਂ ਲੁੱਟਣਾ ਹੈ, ਤੂੰ ਮੇਰਾ ਮਾਸ ਹੈ, ਮੈਂ ਤੈਨੂੰ ਖਾ ਜਾਣਾ। ਠੀਕ ਹੈ ਨਾ? ਬਿਲਕੁਲ ਬਿਲਕੁਲ ਗਿੱਲ ਸਾਹਿਬ, ਜਿਹੜੀ ਜੋ ਕੁਛ ਵਾਪਰ ਰਿਹਾ ਨਾ ਉਹ ਸੱਚਾਈ ਤਾਂ ਇਹੀ ਹੈ। ਹੁਣ ਜਿੱਥੋਂ ਤੱਕ ਹਥਿਆਰਾਂ ਦੀ ਗੱਲ ਕਰਦੇ ਹਾਂ ਗਿੱਲ ਸਾਹਿਬ, ਜਦੋਂ ਅਸੀਂ ਛੋਟੇ ਛੋਟੇ ਸੀ ਜਾਂ ਵੱਡੇ ਜਵਾਨ ਵੀ ਹੋਏ, ਮੇਰਾ ਖਿਆਲ ਕਦੇ ਕਿਤੇ ਅਸੀਂ ਸੁਣਦੇ ਹੁੰਦੇ ਸੀ ਫਲਾਣੇ ਪਿੰਡ ਦੇ ਫਲਾਣੇ ਬੰਦੇ ਕੋਲ ਹਥਿਆਰ ਹੈ, ਰਿਵਾਲਵਰ ਹੈ ਜਾਂ ਬੰਦੂਕ ਹੈ, ਤੇ ਉਸ ਬੰਦੇ ਨੂੰ ਪਿੰਡਾਂ 'ਚ ਆਮ ਤੌਰ 'ਤੇ ਕਹਿੰਦੇ ਯਾਰ ਬਦਮਾਸ਼ ਵਾਏ, ਜਿਹੜਾ ਕੋਈ ਹਥਿਆਰ ਰੱਖਦਾ ਸੀ ਨਾ ਉਹਨੂੰ ਬਦਮਾਸ਼ ਕਹਿੰਦੇ ਸੀ। ਅੱਜ ਜਿੰਨੀਆਂ ਵੀ ਘਟਨਾ, ਜੇ ਕਿਤੇ ਸਕੂਟਰ ਵਾਲੇ ਨਾਲ ਕਾਰ ਲੱਗ ਗਈ ਹੈ ਨਾ ਤਾਂ ਸਕੂਟਰ ਵਾਲਾ ਵੀ ਉਦੋਂ ਹਥਿਆਰ ਕੱਢ ਪੈਂਦਾ, ਪਤਾ ਨਹੀਂ ਕਿੱਥੋਂ ਆ ਗਿਆ ਹਥਿਆਰ ਉਹਦੇ ਕੋਲ। ਅੱਜ ਬੱਚੇ ਬੱਚੇ ਕੋਲੇ ਜੇ ਸਕੂਲ 'ਚ ਜਾਂਦੇ ਆ ਜਾਂ ਕਾਲਜ ਜਾਂਦੇ ਆ ਜਾਂ ਕਿਸੇ ਯੂਨੀਵਰਸਿਟੀ 'ਚ ਹੈ ਜਾਂ ਕਿਸੇ ਹੋਰ ਥਾਂ ਦੇ ਉੱਤੇ ਜਾਂ ਕਿਤੇ ਕਲੱਬਾਂ ਦੇ, ਗੱਲ ਸਿਰਫ ਹਥਿਆਰ ਤੇ ਆਣ ਕੇ ਹਥਿਆਰ ਕੱਢ ਕੇ ਗੋਲੀ ਚਲਾ, ਇਹ ਇੰਨੇ ਹਥਿਆਰ ਆ ਕਿੱਥੋਂ ਗਏ? ਮੈਂ ਤੇ ਹੈਰਾਨ ਹਾਂ। ਜਦੋਂ ਕਿ ਪਤਾ ਵੀ ਹਥਿਆਰ ਉਸ ਬੰਦੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦਿੱਤਾ ਜਾਂਦਾ ਜਾਂ ਡੀਸੀ SSP ਇਨਕੁਆਇਰੀਆਂ ਕਰਦੇ ਨੇ, ਬਹੁਤ ਜ਼ਿਆਦਾ ਮਤਲਬ ਜਿਹੜੀ ਕ੍ਰੋਨਿਕ ਕੋਈ ਏਦਾਂ ਦਾ ਖਤਰਾ ਕਿਸੇ ਬੰਦੇ ਨੂੰ ਹੋ ਗਿਆ ਤਾਂ ਹਥਿਆਰ, ਉਹ ਸੇਫਟੀ ਵਾਸਤੇ ਹਥਿਆਰ ਮਿਲਦਾ। ਅੱਜ ਕੱਲ੍ਹ ਤਾਂ ਸਿਰਫ ਸ਼ੌਕ ਨਾਲ ਹੀ ਲੋਕਾਂ ਨੇ ਪਾਲੇ ਪਏ ਨੇ। ਮੈਨੂੰ ਯਾਦ ਆ ਸਾਡੇ ਮੇਰੇ ਮਾਸੀ ਦੇ ਮੁੰਡਿਆਂ ਦੀ ਆੜਤ ਹੈ, ਤੇ ਜਦੋਂ ਉਹ ਹਥਿਆਰ ਅਪਲਾਈ ਕਰਕੇ ਲੈ ਕੇ ਆਏ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਤੁਹਾਨੂੰ ਇਹ ਲੋੜ ਕਾਹਦੀ ਆ ਭਾਈ? ਕਹਿੰਦੇ ਅਸੀਂ ਆੜਤ ਦਾ ਕੰਮ ਕਰਦੇ ਹਾਂ, ਮੇਰੇ ਕੋਲੇ ਅਸੀਂ ਪਿੰਡਾਂ 'ਚ ਜਦੋਂ ਪੈਸੇ ਵੰਡਦੇ ਹਾਂ ਜਾਂ ਹੋਰ ਕਹਿੰਦੇ ਖਤਰਾ। ਉਹ ਮੈਂ ਕਿਹਾ ਖਤਰਾ ਉਹਦਾ ਨਹੀਂ, ਇਹ ਤੁਹਾਨੂੰ ਇਹ ਤੋਂ ਖਤਰਾ, ਤੁਸੀਂ ਲੈ ਤੇ ਲਿਆ ਪਰ ਇਹਦਾ ਮੁੱਲ ਤੁਹਾਨੂੰ ਤਾਰਨਾ ਪੈਣਾ ਸਿਆਪਾ। ਸੋ ਇਸ ਕਰਕੇ ਇਹ ਹਥਿਆਰ ਜਿਹੜੇ ਤੁਸੀਂ ਸ਼ੌਂਕ ਪਾਲੇ ਆ ਨਾ ਵਿਆਹ ਸ਼ਾਦੀ 'ਚ ਜਾਂ ਕਿਤੇ ਭੋਗ 'ਚ ਤੁਸੀਂ ਡੱਬ 'ਚ ਦੇ ਕੇ ਚਲ ਜਾਂਦੇ ਹੋ ਇਹ ਦਿਖਾਉਣ ਲਈ ਵੀ ਸਾਡੇ ਕੋਲ ਹਥਿਆਰ ਹੈ, ਵੀ ਅਸੀਂ ਬੜੇ ਰਿਪਿਊਟਡ ਤੇ ਬੜੇ ਮਤਲਬ ਜਿਹੜੇ ਆ ਐਡਵਾਂਸ ਕਿਸਮ ਦੇ ਲੋਕ ਆ, ਕਾਹਦਾ ਰੋਬ ਹੈ, ਤੇ ਅਸੀਂ ਮਤਲਬ ਸਟੇਟਸ ਸਿੰਬਲ ਬਣਾ ਲਿਆ ਤੁਸੀਂ ਇਸ ਗੱਲ ਨੂੰ। ਉਹ ਸਟੇਟਸ ਸਿੰਬਲ ਅੱਜ ਜਿਹੜਾ ਸਾਨੂੰ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਜਦੋਂ ਕੋਈ ਗੀਤ ਜਾਂ ਭੰਗੜਾ ਪਾਉਂਦਾ ਜਾਂ ਕੁੜੀ ਨੱਚਦੀ ਹੈ ਤੇ ਉੱਥੇ ਫਾਇਰ ਕਰਤੇ ਜਾਂਦੇ ਨੇ। ਲੈ ਸਾਹਿਬ ਤੁਹਾਡੀ ਗੱਲ ਵਿੱਚ ਟੋਕਣ ਲੱਗਿਆ ਜੀ, ਜਿੰਨੇ ਸਿੰਗਰ ਗਾਣਾ ਗਾਉਂਦੇ ਨੇ ਜੀ, ਇਹਨਾਂ ਨੂੰ ਚੱਕ ਕੇ ਇਮੀਡੀਏਟ ਅੰਦਰ ਕੀਤਾ ਜਾਵੇ, ਬਿਲਕੁਲ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ। ਅੱਜ ਕੋਈ ਆਮ ਬੰਦਾ ਕੋਈ ਰਿਵਾਲਵਰ ਨਾਲ ਕੋਈ ਰੀਲ ਬਣਾਉਂਦਾ ਇੰਸਟਾਗ੍ਰਾਮ ਤੇ, ਪੁਲਿਸ ਨਾਲ ਜਿਹਨਾਂ ਨੂੰ ਲੱਭ ਕੇ ਪਰਚਾ ਦਰਜ ਕਰ ਲੈਂਦੀ ਹੈ। ਜਦੋਂ ਕਿ ਸਿੰਗਰ ਤੇ ਕਿਉਂ ਨਹੀਂ ਕਰ ਰਹੇ ਯਾਰ? ਜਿੰਨੇ ਸਿੰਗਰ ਨੇ ਲਹਿਲ ਸਾਹਿਬ ਜੱਟਾਂ ਦੀ ਗੱਲ ਕਰਦੇ ਨੇ, ਜਿੰਨੇ ਸਿੰਗਰ ਨੇ ਸਾਰੇ ਹਥਿਆਰਾਂ ਦੀ ਗੱਲ ਕਰਦੇ ਨੇ, ਕਤਲੋਗਾਰ ਦੀ ਗੱਲ ਕਰਦੇ ਨੇ, ਅੱਜ ਕੱਲ੍ਹ ਕੁੜੀਆਂ ਫੀਮੇਲ ਸਿੰਗਰ ਆ ਰੌਂਦਾਂ ਦੀ ਗੱਲਾਂ ਕਰਦੀਆਂ ਨੇ, ਗੋਲੀਆਂ ਦੀਆਂ ਗੱਲਾਂ ਕਰਦੀਆਂ ਨੇ। ਆ ਤੁਹਾਡੇ ਗੋਲੀਆਂ ਰੌਂਦਾਂ ਰਫਲਾਂ ਦੇ ਨਤੀਜੇ ਨਾ ਭੁਗਤਣੇ ਪੈ ਰਹੇ ਨੇ ਕਿ ਮੁੰਡੇ ਆਪਣੇ ਪਿਓ ਦੀਆਂ ਦਾੜੀਆਂ ਪੱਟ ਰਹੇ ਨੇ। ਇਹ ਸਭ ਤੋਂ ਵੱਡਾ ਕਸੂਰਵਾਰ ਜਿਹੜੇ ਸੀ ਅਸਲ 'ਚ ਤਾਂ ਉਹ ਸਾਡੇ ਆਰਟਿਸਟ ਸੀ ਜਿਨ੍ਹਾਂ ਨੇ ਗਨ ਕਲਚਰ ਪੈਦਾ ਕੀਤਾ। ਉਸ ਤੋਂ ਬਾਅਦ ਇੱਕ ਆਸ ਜ਼ਰੂਰ ਬੱਝੀ ਸੀ ਭਗਵੰਤ ਮਾਨ ਹੋਣਾ ਤੋਂ, ਮੁੱਖ ਮੰਤਰੀ ਸਾਹਿਬ ਤੋਂ, ਜਦੋਂ ਆਏ ਸੀ ਤੇ ਇਹਨਾਂ ਨੇ ਗਨ ਕਲਚਰ ਤੇ ਪਾਬੰਦੀ ਲਾਉਣ ਲਈ ਹਥਿਆਰਾਂ ਤੇ ਪਾਬੰਦੀ ਲਾਤੀ ਸੀ ਵੀ ਸੈਂਸਰ ਬੋਰਡ ਦੇ ਵੱਲੋਂ ਇਹ ਕੋਈ ਵੀ ਜਿਹੜਾ ਗੀਤ ਹੈ ਜਿਹਦੇ 'ਚ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਹੋਵੇ ਉਹਨੂੰ ਬੈਨ ਕੀਤਾ ਜਾਵੇ ਤੇ ਉਹਦੇ ਖਿਲਾਫ਼ ਪਰਚਾ ਦਰਜ ਹੋਏ। ਕੋਈ ਇੱਕ ਵੀ ਕੇਸ ਪੰਜਾਬ ਸਰਕਾਰ ਨੇ ਕੋਈ ਪਰਚਾ ਦਰਜ ਕੀਤਾ? ਹਾਂ, ਕੋਈ ਇੱਕ ਅੱਧਾ ਹੋ ਸਕਦਾ ਕੋਈ ਮਾਤੜ ਕੋਈ ਫਸ ਗਿਆ ਹੋਵੇ ਤੇ ਫਸ ਗਿਆ ਹੋਵੇ, ਉਹ ਵੀ ਗਰੀਬ ਗਰੀਬ ਸਿੰਗਰ ਫਸਿਆ, ਉਹਦਾ ਵੱਡਾ ਸਿੰਗਰ ਨਹੀਂ, ਕੋਈ ਨਹੀਂ ਫਸਿਆ। ਸੋ ਕਹਿਣ ਦਾ ਭਾਵ ਕਲਚਰ ਤੁਸੀਂ ਆਪ ਲੋਕਾਂ ਨੂੰ ਦੇ ਰਹੇ ਹੋ। ਜਿੱਥੋਂ ਤੱਕ ਤੁਹਾਡੀ ਗੱਲ ਬਿਲਕੁਲ ਮੈਨੂੰ ਜੱਚੀ
ਵੀ ਭਾਰਤ ਵਰਗਾ ਦੇਸ਼ ਜਿੱਥੇ 33 ਕਰੋੜ ਦੇਵੀ ਦੇਵਤੇ ਨੇ, ਜਿੱਥੇ ਹਰ ਪਿੰਡ 'ਚ 3 ਗੁਰਦੁਆਰੇ ਨੇ, ਜਿੱਥੇ ਹਰ ਸ਼ਹਿਰ 'ਚ ਡੇਰੇ 10-12 ਗੁਰਦੁਆਰੇ ਦੇ ਨਾਲ ਨਾਲ ਕੁਝ ਡੇਰੇ ਨੇ, ਚਾਹੇ ਉਹ ਰਾਧਾ ਸਵਾਮੀ ਦਾ, ਚਾਹੇ ਉਹ ਨਿਰੰਕਾਰੀਆਂ ਦਾ, ਚਾਹੇ ਉਹ ਕਿਸੇ ਹੋਰ ਸੰਪਰਦਾਇ ਦਾ, ਤੇ ਨਾਲ ਦੇ ਨਾਲ ਮੰਦਰ ਮਸੀਤਾਂ ਜਾਂ ਜਿਹੜੇ ਗਿਰਜੇ ਘਰ ਨੇ, ਸ਼ਾਇਦ ਮੇਰਾ ਖਿਆਲ ਕੋਈ ਸ਼ਹਿਰ ਥਾਂ ਪਿੰਡ ਬਚਿਆ ਨਹੀਂ ਹੋਊਗਾ ਜਿੱਥੇ ਇਹ ਸਾਰਾ ਕੁਛ ਹੋ ਕੇ ਤੇ ਤੁਸੀਂ ਪ੍ਰਚਾਰ ਕਰਦੇ ਹੋ ਮਨੁੱਖਤਾ ਦਾ। ਪਰ ਦੁੱਖ ਇਸ ਗੱਲ ਦੀ ਹੈ ਕਿ ਜਿਹੜੇ ਦੇਸ਼ ਦੇ ਵਿੱਚ ਕ੍ਰਾਈਮ ਨਹੀਂ ਸੀ ਹੋਣਾ ਚਾਹੀਦਾ, ਜਿਹੜੇ ਦੇਸ਼ 'ਚ ਸ਼ਾਂਤੀ ਹੋਣੀ ਚਾਹੀਦੀ ਸੀ, ਜਿਹੜੇ ਦੇਸ਼ ਦੇ ਅੰਦਰ ਪੁਲਿਸ ਥਾਣੇ ਕਚਹਿਰੀਆਂ ਇਹ ਸਾਰੀਆਂ ਜੇਲ੍ਹਾਂ ਨਹੀਂ ਸੀ ਹੋਣੀਆਂ ਚਾਹੀਦੀਆਂ, ਕਿਉਂਕਿ ਉੱਥੇ ਤੇ ਵਾਸਾ ਹੀ ਰੱਬ ਦਾ ਸੀ, ਉੱਥੇ ਤੇ ਵਾਸਾ ਹੀ ਭਗਤਾਂ ਦਾ ਸੀ, ਉੱਥੇ ਤੇ ਵਾਸਾ ਹੀ ਸਾਡਾ ਉਹ ਜਿਹੜਾ ਉਹ ਧਰਮ ਨਾਲ ਜੋੜਨ ਵਾਲਿਆਂ ਦਾ ਵਾਸਾ ਸੀ। ਪਰ ਸਾਡਾ ਦੇਸ਼ ਸਭ ਤੋਂ ਜ਼ਿਆਦਾ ਕ੍ਰਾਈਮ ਪੇਸ਼ਾ ਦੇਸ਼ ਹੋ ਗਿਆ, ਔਰ ਦੂਸਰੇ ਦੇਸ਼ ਡੈਨਮਾਰਕ ਵਰਗੇ ਜਾਂ ਕੋਈ ਹੋਰ ਯੂਰਪ ਦੇ ਜਾਂ ਉਹਨਾਂ ਕਈ ਅਜਿਹੇ ਦੇਸ਼ ਨੇ ਜਿਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਜੇਲ੍ਹਾਂ ਹੀ ਬੰਦ ਕਰਤੀਆਂ, ਕੈਦੀ ਨਹੀਂ ਲੱਭਿਆ ਉਹਨਾਂ ਨੂੰ, ਉਹਨਾਂ ਨੇ ਉੱਥੋਂ ਦੀ ਪੁਲਿਸ ਬਹੁਤ ਘੱਟ ਨਫ਼ਰੀ ਕਰ ਦਿੱਤੀ, ਜੁਰਮ ਜਿਹੜਾ 0 ਦੇ ਬਰਾਬਰ ਆ ਗਿਆ, ਤੇ ਉਹ ਕੰਟਰੀਆਂ 'ਚ ਰੱਬ ਹੈ ਹੀ ਨਹੀਂ, ਉੱਥੇ ਕੋਈ ਦੇਵੀ ਦੇਵਤਾ ਨਹੀਂ ਹੈ, ਉੱਥੇ ਸਿਰਫ਼ ਤੇ ਸਿਰਫ਼ ਪੈਦਾ ਕੌਣ ਹੋਏ। ਮੈਂ ਕਈ ਵਾਰ ਗਿੱਲ ਸਾਹਿਬ ਤੁਹਾਨੂੰ ਗੱਲ ਕੀਤੀ ਹੈ ਕਿ ਭਾਰਤ ਦੇ ਅੰਦਰ ਹੀ ਇਹ ਸਾਰੇ ਦੇਵੀ ਦੇਵਤੇ ਪੈਦਾ ਹੋਏ ਸੀ, ਵਿਹਲਾ ਮੁਲਕ ਹੈ ਨਾ, ਯੂਰਪ 'ਚ ਕਿਉਂ ਨਹੀਂ ਪੈਦਾ ਹੋਏ? ਯੂਰਪ 'ਚ ਤੇ ਜਿੰਨੇ ਵੀ ਸੂਈ ਤੋਂ ਲੈ ਕੇ ਨਾ ਹੈਲੀਕਾਪਟਰ 'ਚ ਛੱਡੋ ਤੂੰ ਰਾਕਟ ਤੱਕ, ਜਿਹੜੀ ਮਤਲਬ ਜਿਹੜੀ ਖੋਜ ਹੋਈ ਆ, ਆਹ ਜਿਹੜਾ ਬਿਲਬ ਉੱਤੇ ਬਲਬ ਨਹੀਂ ਜਾਗ ਰਿਹਾ ਆਪਣੇ, ਇਹ ਵੀ ਆਹ ਜਿਹੜਾ ਪੱਖੇ ਚੱਲਦੇ, ਇਹ ਵੀ ਜਿਹੜੇ ਜਹਾਜ਼ ਸਿਰ 'ਤੇ ਚੱਲਦੇ, ਇਹ ਵੀ ਹਰ ਚੀਜ਼ ਦੀ ਜਿਹੜੀ ਹੈ ਖੋਜ ਹੈ ਉਹ ਯੂਰਪ ਦੇ ਲੋਕਾਂ ਨੇ, ਅਮਰੀਕਾ ਦੇ ਲੋਕਾਂ ਨੇ ਜਾਂ ਬਾਹਰਲੇ ਦੇਸ਼ਾਂ ਦੇ ਲੋਕਾਂ ਨੇ ਕੀਤੀ। ਸਾਡੇ ਲੋਕਾਂ ਨੇ ਕੀ ਕੀਤਾ? ਖੋਜ ਕੀਤੀ ਹੈ ਦੇਵੀ ਦੇਵਤਿਆਂ ਦੀ। ਸੋ ਕਹਿਣ ਦਾ ਭਾਵ ਜਿਹੜੇ ਦੇਸ਼ 'ਚ ਕ੍ਰਾਈਮ ਨਹੀਂ ਸੀ ਹੋਣਾ ਚਾਹੀਦਾ, ਉਸ ਦੇਸ਼ ਦੇ ਵਿੱਚ ਕ੍ਰਾਈਮ ਹੈ, ਤੇ ਜਿੱਥੇ ਕ੍ਰਾਈਮ ਹੋਣਾ ਚਾਹੀਦਾ ਸੀ ਉੱਥੇ ਸ਼ਾਂਤੀ ਹੈ। ਫਿਰ ਫਰਕ ਕੀ ਪਿਆ? ਕਿਉਂ ਲੋਕ ਜਿਹੜੇ ਦੁਬਾਰਾ ਅੱਜ ਫਿਰ ਉਸੇ ਦਾ ਪ੍ਰਚਾਰ ਕਰੀ ਜਾਂਦੇ ਨੇ, ਉਸੇ ਥਾਂ ਤੇ ਖੜੀ ਜਾਂਦੇ ਨੇ, ਜਿਨ੍ਹਾਂ ਤੋਂ ਇਹ ਆਸ ਕਰਨੀ ਸੀ ਨਾ ਅਸੀਂ ਕਿ ਸਾਡੇ ਸਮਾਜ ਨੂੰ, ਸਾਡੀ ਕਮਿਊਨਿਟੀ ਨੂੰ, ਜਾਂ ਸਾਨੂੰ ਕੋਈ ਸਿਧਾਂਤਕ ਤੌਰ ਤੇ, ਕੋਈ ਚੰਗੀ ਵਿਚਾਰਧਾਰਕ ਤੌਰ ਤੇ ਸਾਨੂੰ ਕੋਈ ਅੱਛੇ ਜਿਹੜਾ ਸਾਨੂੰ ਰਾਹ ਦਸੇਰਾ ਬਣਨਗੇ। ਅੱਜ ਉਹ ਜੁੱਤੀ ਹੋ ਰਹੇ ਨੇ, ਇੱਕ ਦੂਜੇ ਦੇ ਇਲਜ਼ਾਮ ਲਾ ਰਹੇ ਨੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਕਰ ਰਹੇ ਨੇ ਲਹਿਰ ਸਾਹਿਬ, ਉਹ ਫਿਰ ਇੱਕ ਦੂਜੇ ਦੇ ਕਿਤੋਂ ਪਰਦੇ ਫੋਲਦੇ ਨੇ, ਤੋ ਸਾਰਾ ਕੁਝ ਨੰਗਾ ਹੋ ਜਾਂਦਾ। ਲਹਿਰ ਸਾਹਿਬ, ਜੇ ਰੱਬ ਹੋਵੇ ਨਾ ਤਾਂ ਗੁਰਦੁਆਰਿਆਂ ਦੀਆਂ ਗੋਲਕਾਂ ਨਾ ਚੋਰੀ ਹੋਣ, ਜੇ ਲੋਕ ਰੱਬ ਨੂੰ ਮੰਨਦੇ ਹੋਣ ਤਾਂ ਮੰਦਰਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਜਾਂ ਦੇਵੀ ਦੇਵਤਿਆਂ ਦੇ ਮੂਰਤੀਆਂ ਚੋਰੀ ਹੋ ਰਹੀਆਂ, ਮੁਕਤ ਨਾਲ ਮੂਰਤੀਆਂ ਨਾ ਚੋ। ਲਹਿਲ ਸਾਹਿਬ, ਮੁਕਤ ਇਹ ਜਿਹੜਾ ਮੁਲਕ ਹੈ ਨਾ, ਇਹ ਬੇਖੌਫ ਹੋ ਚੁੱਕਿਆ, ਇੱਥੋਂ ਦੇ ਲੋਕਾਂ ਨੂੰ ਕੋਈ ਟੈਨਸ਼ਨ ਨਹੀਂ। ਜਦੋਂ ਮੁੰਡਾ ਮਾਂ ਨਾਲ ਬਲਾਤਕਾਰ ਕਰ ਸਕਦਾ, ਪਿਓ ਧੀ ਨਾਲ ਬਲਾਤਕਾਰ ਕਰ ਸਕਦਾ, ਲਹਿਲ ਸਾਹਿਬ ਤੁਸੀਂ ਕਿਹੜੇ ਰੱਬ ਦੀ ਗੱਲ ਕਰਦੇ ਹੋ? ਕਿਹੜੇ 33 ਲੱਖ ਦੇਵੀ ਦੇਵਤੇ, ਕਰੋੜ ਦੇਵੀ ਦੇਵਤਿਆਂ ਦੀ ਗੱਲ ਕਰਦੇ? ਲਹਿਲ ਸਾਹਿਬ ਕੁਛ ਨਹੀਂ ਹੈ ਇੱਥੇ। ਇਹਦਾ ਮਤਲਬ ਜਿਹੜੇ ਲੋਕ ਇਹਨਾਂ ਫੇਰਿਆਂ ਤੇ, ਇਹਨਾਂ ਗੁਰਦੁਆਰਿਆਂ ਮੰਦਰਾਂ ਮਸੀਤਾਂ ਜਾਂ ਮਾਤਾ ਦੇ ਮੰਦਰਾਂ ਜਾਂਦੇ ਨੇ, ਇਹ ਵਿਖਾਵੇ ਤੌਰ ਤੇ ਜਾਂਦੇ ਨੇ। ਬਿਲਕੁਲ ਲਹਿਲ ਸਾਹਿਬ, ਮੈਂ ਤਾਂ ਖੁਦ ਕਹਿਣਾ ਇਹ ਵਿਖਾਵਾ ਹੀ ਕਰਦੇ, ਪਖੰਡੀ ਕਰਦੇ ਹੋਏ। ਫਿਰ ਜਿਹੜੀਆਂ ਟੱਲੀਆਂ ਵੱਜਦੀਆਂ ਜਿਹੜੇ ਇਹ ਜਿੰਨੇ ਵੀ ਧਰਮ ਪ੍ਰਚਾਰ ਵਾਲੇ ਹੈਗੇ ਨੇ, ਮੈਨੂੰ ਗੱਲ ਦੱਸੋ ਲਹਿਲ ਸਾਹਿਬ ਜੀ, ਕੋਈ ਅਮਲ ਕਰਦਾ ਇਹਨਾਂ ਗੱਲਾਂ ਤੇ? ਕੋਈ ਨਹੀਂ ਕਰਦਾ, ਕੋਈ ਵਿਰਲਾ ਹੀ ਹੋਵੇ ਅਮਲ ਕਰਦਾ। ਜਿਹੜਾ ਜਿਹੜਾ ਪਾਠ ਕਰਨ ਵਾਲਾ ਵੀ ਹੈ ਨਾ ਗ੍ਰੰਥੀ ਸਿੰਘ ਲਹਿਲ ਸਾਹਿਬ, ਉਹਨੂੰ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਦੇ ਅਰਥ ਨਹੀਂ ਪਤਾ ਹੋਣੇ, ਉਹ ਸਿਰਫ ਸਿੱਖ ਗਿਆ ਪੜ੍ਹ ਰਿਹਾ। ਮੈਂ ਮਾਇੰਡ ਨਾ ਕਰਿਓ,
ਗੱਲ ਸੱਚੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜੀ ਮੈਂ ਗੱਲ ਕਰਾਂ ਠੀਕ ਜੀ ਨਾਲ ਕਹਿੰਦੇ ਨੇ ਵੀ ਹਾਜ਼ਰ ਕੀ ਹੈ ਸਾਡੀਆਂ ਇਹਨਾਂ ਧਾਰਮਿਕ ਜਥੇਬੰਦੀਆਂ ਜਾਂ ਧਾਰਮਿਕ ਧਿਰਾਂ ਨੇ ਨਾ ਇੱਕ ਹੱਦਬੰਦੀ ਨਿਰਧਾਰਿਤ ਕਰਦੀ ਹੈ। ਅਗਰ ਉਸ ਹੱਦਬੰਦੀ ਦੇ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕੋਈ ਗੱਲ ਕਹਿਤੀ ਤੇ ਉਹਨਾਂ ਦੀਆਂ ਭਾਵਨਾ ਦੇ ਜਿਹੜੇ ਚਿਹਰੇ ਜਿਹੜੇ ਹਰਦੇ ਉਹ ਵਲੁੰਦਰੇ ਜਾਣੇ ਨੇ ਸਿਆ ਪੰਗਾ ਇੱਥੇ ਖੜਾ ਵੀ ਕੋਈ ਵੀ ਜੇ ਗੱਲ ਕੋਈ ਸਿਧਾਂਤਕ ਗੱਲ ਕਰਦਾ ਜਾਂ ਕੋਈ ਸੁਧਾਰ ਦੀ ਗੱਲ ਕਰਦਾ ਕੋਈ ਸਲਾਹ ਦੇਣ ਦੀ ਗੱਲ ਕਰਦਾ ਤੇ ਸਾਡੇ ਧਾਰਮਿਕ ਬੰਦੇ ਜਿਹੜੇ ਲੋਕ ਨੇ ਉਹ ਇਹ ਗੱਲ ਕਹਿ ਕੇ ਖਹਿੜਾ ਛਡਾ ਲੈਂਦੇ ਨੇ ਕਿ ਸਾਡੀਆਂ ਜਿਹੜੀਆਂ ਉਹ ਹਿਰਦੇ ਵਲੁੰਦਰੇ ਗਏ ਸਾਡੀਆਂ ਧਾਰਮਿਕ ਭਾਵਨਾਵਾਂ ਪੰਥ ਜਿਹੜੀਆਂ ਉਹ ਮਤਲਬ ਹੁੰਦੀਆਂ ਪੰਥ ਨੂੰ ਖਤਰਾ ਪੈ ਗਿਆ। ਇਸ ਕਰਕੇ ਇਹ ਗਿੱਲ ਸਾਹਿਬ ਤੁਸੀਂ ਜੋ ਕਹਿ ਰਹੇ ਹੋ ਤੁਸੀਂ ਸੱਚ ਕਹਿ ਰਹੇ ਹੋ ਸੋ ਇਹ ਬੜਾ ਵੱਡਾ ਅਜੇ ਜਿਹੜੇ ਲੋਕੀ ਆ ਨਾ ਮੈਂ ਅੱਜ ਵੀ ਗੱਲ ਕਰਦਾ ਕਈ ਵਾਰ ਕਿਹਾ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਜਿੱਥੇ ਅਸੀਂ ਐਜੂਕੇਸ਼ਨ ਲੈਣੀ ਆ ਚਾਹੇ ਉਹ ਪ੍ਰਾਇਮਰੀ ਤੋਂ ਲੈ ਕੇ ਡਿਗਰੀਆਂ ਤੱਕ ਯੂਨੀਵਰਸਿਟੀਆਂ ਤੱਕ ਚੱਲ ਜਾਈਏ ਸਾਡਾ ਘਰ ਤੋਂ ਸ਼ੁਰੂਆਤ ਹੁੰਦੀ ਹੈ ਜਦੋਂ ਅਸੀਂ ਐਜੂਕੇਟ ਆਪਣੀ ਮਾਂ ਦੀ ਉਂਗਲ ਫੜ ਕੇ ਜਾਂ ਪਿਓ ਦੀ ਉਂਗਲ ਫੜ ਕੇ ਸਕੂਲ ਚ ਜਾਂਦੇ ਹਾਂ ਸਭ ਤੋਂ ਪਹਿਲਾਂ ਤਾਂ ਲੈਸਨ ਉਹ ਦਿੰਦੀ ਵੀ ਇਹ ਮਾਂ ਇਹ ਪਿਓ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਦੱਸ ਹੀ ਦਿੱਤਾ ਬੱਚੇ ਨੂੰ ਕਿ ਆਹ ਸਾਡਾ ਗੁਰਦੁਆਰਾ ਹੈ ਆਹ ਸਾਡਾ ਮੰਦਿਰ ਹੈ ਆਹ ਸਾਡਾ ਮਸੀਤ ਹੈ ਆਹ ਸਾਡਾ ਜਿਹੜਾ ਹੈਗਾ ਉਹ ਗਿਰਜਾ ਘਰ ਹੈ ਤੇ ਸਭ ਤੋਂ ਪਹਿਲਾਂ ਮਨੁੱਖ ਦੇ ਜਾਂ ਬੱਚੇ ਦੇ ਜਿਹੜਾ ਸਾਫ਼ ਮਨ ਹੈ ਉਹਦੇ ਉੱਤੇ ਉਹ ਜਿਹੜਾ ਉੱਕਰ ਜਾਂਦਾ ਜਦੋਂ ਉੱਕਰ ਹੀ ਉੱਤੇ ਗਿਆ ਸਕੂਲ ਲੱਖ ਯਤਨ ਕਰੇ ਸਾਇੰਸ ਪੜ੍ਹਾਉਣ ਦੀ ਲੱਖ ਯਤਨ ਕਰ ਲਏ ਪਰ ਉਹਦੇ ਦਿਮਾਗ ਤੋਂ ਜਿਹੜਾ ਉਹ ਮਾਂ ਪਿਓ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਨਾ ਉਹਦੇ ਅੰਦਰ ਪਾਉਣ ਦੀ ਉਹਨੂੰ ਕੱਢਿਆ ਨਹੀਂ ਜਾ ਸਕਦਾ। ਅੱਜ ਸਭ ਤੋਂ ਜ਼ਿਆਦਾ ਅੱਜ ਜਿਹੜੇ ਖੜੇ ਆ ਜਿਹੜੇ ਅੱਜ ਕ੍ਰਾਈਮ ਹੋ ਰਹੇ ਨੇ ਜਿਹੜੇ ਅੱਜ ਏਦਾਂ ਦੀਆਂ ਬਲਾਤਕਾਰ ਹੋ ਰਹੇ ਨੇ ਜਾਂ ਜਿਸ ਤਰ੍ਹਾਂ ਦੀਆਂ ਲੁੱਟਾਂ ਹੋ ਰਹੀਆਂ ਨੇ ਜਿਸ ਢੰਗ ਦਾ ਸਾਰਾ ਕੁਝ ਵਾਪਰ ਗਿਆ ਸਰਕਾਰਾਂ ਨੂੰ ਦੇਸ਼ ਦੋਸ਼ ਦੇਣ ਤੋਂ ਪਹਿਲਾਂ ਮੇਰੇ ਭਰਾਓ ਆਪ ਤਾਂ ਸੋਚੋ ਤੁਸੀਂ ਆਪ ਕਿਸ ਤਰ੍ਹਾਂ ਚੱਲੇ ਹੋਏ ਹੋ ਆਪ ਤਾਂ ਤੁਸੀਂ ਕਤਲੋ ਗਾਰਤ ਕਰ ਰਹੇ ਹੋ ਆਪ ਤਾਂ ਤੁਸੀਂ ਇਹਨਾਂ ਮਾਮਲਿਆਂ 'ਚ ਸ਼ਾਮਲ ਹੋ ਦੁੱਖ ਤੇ ਉਦੋਂ ਹੁੰਦਾ ਜਦੋਂ ਉਹਨਾਂ ਥਾਵਾਂ ਦੇ ਉੱਤੇ ਧਾਰਮਿਕ ਜਗ੍ਹਾ ਦੇ ਉੱਤੇ ਜਿੱਥੇ ਰੱਬ ਹੈ ਆ ਪਿੱਛੇ ਦੇ ਇੱਕ ਤਰਨ ਤਾਰਨ ਜਿਹੜੀ ਉਹ ਤੁਰ ਸਾਹਿਬ ਦੀ ਬਰਸੀ ਹੋਈ ਗਿੱਲ ਸਾਹਿਬ ਤੁਹਾਨੂੰ ਯਾਦ ਹੈ ਉਹਨੂੰ ਸਰਦਾਰ ਮੋਹਨ ਸਿੰਘ ਜੀ ਤੁਰ ਜੀ ਜਿਹੜੇ ਬਹੁਤ ਵੱਡੇ ਅਕਾਲੀ ਆਗੂ ਸੀ ਅਕਾਲ ਤਖ਼ਤ ਦੇ ਜਥੇਦਾਰ ਵੀ ਰਹੇ ਨੇ ਔਰ ਬਹੁਤ ਵੱਡੀ ਸਿੱਖ ਸਿਆਸਤ ਸੀ ਜਦੋਂ ਉਹਦੇ ਬਰਸੀ ਮਨਾਉਣ ਵਾਸਤੇ ਸਾਡੇ ਸਿੱਖ ਆਗੂ ਜਿਹੜੇ ਉੱਥੇ ਪਹੁੰਚਦੇ ਨੇ ਤਾਂ ਉਸ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਥੇ ਆਪਸੀ ਉਲਝਣ ਦੇ ਝਗੜ ਪੈਂਦੇ ਨੇ ਇਹਨੂੰ ਸਟੇਜ ਸਿਆਸੀ ਨਾ ਬਣਾਓ ਜਾਂ ਸਿਆਸੀ ਬਣਾਓ ਕਰ ਲੋਕੀ ਉਹਨੂੰ ਇਹ ਗੁਰੂ ਗ੍ਰੰਥ ਸਾਹਿਬ ਦਾ ਤੁਹਾਡੇ ਅੰਦਰ ਡਰ ਹੀ ਨਹੀਂ ਇਸ ਰੱਬ ਦਾ ਡਰ ਹੀ ਨਹੀਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਕਿਉਂ ਕਰਦੇ ਹੋ ਜਾਂ ਤਾਂ ਤੁਸੀਂ ਇਹ ਸਮਝ ਲਓ ਵੀ ਅਸੀਂ ਗੁਰੂ ਦੇ ਘਰ ਬਹਿ ਕੇ ਅਸੀਂ ਹਾਜ਼ਰ ਨਾਜ਼ਰ ਹਾਂ ਅਸੀਂ ਕੋਈ ਗੁਨਾਹ ਨਹੀਂ ਕਰਨਾ ਅਸੀਂ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਅਸੀਂ ਨਿਗਤਾ ਨਹੀਂ ਪਾਲਣੀ ਅਸੀਂ ਦੋਸ਼ ਗੁਰੂ ਮਹਾਰਾਜ ਇਹੀ ਸਿਖਾਉਂਦਾ ਭਰੋਸਾ ਕਰਨਾ ਤੇ ਆਗਰ ਚਿੱਤ ਹੋ ਕੇ ਗੁਰੂ ਨੂੰ ਜਾਂ ਹਦਾਇਤਾਂ ਨੂੰ ਜਿਹੜੀ ਪਰੰਪਰਾ ਮੰਨਣਾ ਨਾ ਤਾਂ ਅਸੀਂ ਸਹਿਣਸ਼ੀਲ ਹਾਂ ਨਾ ਅਸੀਂ ਇਕਾਗਰ ਚਿੱਤ ਹੋ ਕੇ ਗੁਰੂ ਨੂੰ ਮੰਨਦੇ ਹਾਂ ਤੇ ਨਾ ਹੀ ਸਾਡੇ 'ਚ ਕੋਈ ਹੌਂਸਲਾ ਤੇ ਨਾ ਹੀ ਸਾਡੇ ਕੋਲ ਬਰਦਾਸ਼ਤ ਦੀ ਸਾਡੀ ਜਿਹੜੀ ਆ ਉਹ ਆਪਾਂ ਮੰਗਿਆ ਸੀ ਨਾ ਵੀ ਸਾਨੂੰ ਜਿਹੜੀ ਆ ਸ਼ਕਤੀ ਬਖਸ਼ੋ ਬਰਦਾਸ਼ਤ ਕਰਨ ਦੀ ਸ਼ਕਤੀ ਬਖਸ਼ੋ ਨਾ ਸਾਡੇ ਕੋਲ ਉਹ ਹੈਗੀ ਆ ਸੋ ਕਹਿਣ ਦਾ ਭਾਵ ਅੱਜ ਸਾਡੀਆਂ ਜਿਹੜੀਆਂ ਅਸਲ 'ਚ ਥਾਵਾਂ ਸੀ ਜਿੱਥੋਂ ਸਾਨੂੰ ਸਿਧਾਂਤ ਦੀ ਜਿਹੜੀ ਆ ਕੋਈ ਰਾਹ ਦੱਸਣਾ ਸਾਨੂੰ ਅੱਜ ਉਹ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ
ਆਪ ਖੁਦ ਲੜਾਈ ਦੇ ਅਖਾੜੇ ਬਣ ਚੁੱਕੀਆਂ ਨੇ। ਲਹਿਲ ਸਾਹਿਬ ਅੱਜ ਲੋੜ ਪਤਾ ਕੀ ਹੈ ਜੀ, ਮੈਂ ਹੁਣ ਤੁਹਾਨੂੰ ਸਿਰੇ ਦੀ ਗੱਲ ਦੱਸਦਾ। ਬਿਲਕੁਲ, ਸਕੂਲ ਬਹੁਤ ਖੋਲ ਲਏ ਹਨਾ ਜੀ, ਕੈਮਿਸਟਰੀ ਪੜ੍ਹਦੇ ਹਾਂ, ਫਿਜਿਕਸ ਪੜ੍ਹਦੇ ਹਾਂ, ਮੈਥ ਪੜ੍ਹਦੇ ਹਾਂ, ਪੰਜਾਬੀ ਪੜ੍ਹਦੇ ਹਾਂ ਹਨਾ, ਬਾਇਓਲੋਜੀ ਪੜ੍ਹਦੇ ਹਾਂ ਜਾਂ ਹੋਰ ਵੱਖਰੇ ਵੱਖਰੇ ਸਬਜੈਕਟ ਪੜ੍ਹਦੇ ਹਾਂ ਆਪਾਂ, ਰੱਟੀ ਰਟਾਈ ਉਹੀ ਰੋਟੇਸ਼ਨ ਚੱਲਦੀ ਆ ਰਹੀ ਹੈ। ਇਹਨੇ ਸਪੈਸ਼ਲ ਵਿਸ਼ਾ ਸਰੀਰਕ ਸਿੱਖਿਆ ਲੈਣਾ ਹੈ ਜਾਂ ਇਹਨੇ ਹੋਮ ਸਾਇੰਸ ਲੈਣੀ ਹੈ। ਇਨਸਾਨੀਅਤ ਦਾ ਵਿਸ਼ਾ ਅੱਜ ਤੱਕ ਪੰਜਾਬ ਦੇ ਕਿਸੇ ਵੀ ਸਕੂਲ 'ਚ, ਹਿੰਦੁਸਤਾਨ ਦੇ ਕਿਸੇ ਸਕੂਲ 'ਚ ਨਹੀਂ ਹੈਗਾ ਕਿਤੇ। ਲਹਿਰ ਸਾਹਿਬ ਕੋਈ ਇਸ ਤਰ੍ਹਾਂ ਦੀ ਬੁੱਕ ਲੱਗੀ ਹੈ ਵੀ ਮਾਮਾ ਕੀ ਹੁੰਦਾ, ਪਾਪਾ ਕੀ ਹੁੰਦਾ, ਤਾਇਆ ਚਾਚਾ ਭਣੇਵਾ ਭਤੀਜੀ ਭਤੀਜ ਨੂੰ ਤੇ ਮਾਮੇ ਦੀ ਨੂੰ, ਕਦੋਂ ਕੋਈ ਇਹੋ ਜਿਹਾ ਕੋਈ ਕਿਤੇ ਆਇਆ ਲਿਟਰੇਚਰ? ਅਕਲ ਕਿੱਥੋਂ ਆਵੇ ਲਹਿਲ ਸਾਹਿਬ? ਅਸੀਂ ਤਾਂ ਥੀਟਾ ਫੀਟਾ ਦੇ ਚੱਕਰ ਦੇ ਪਈ ਹਾਂ ਜਿਹਦੀ ਅੱਜ ਤੱਕ ਕੋਈ ਡਿਮਾਂਡ ਹੀ ਨਹੀਂ, ਅੱਜ ਤੱਕ ਕਦੇ ਕਿਸੇ ਨੇ ਇੰਟਰਵਿਊ 'ਚ ਪੁੱਛਿਆ ਹੀ ਨਹੀਂ। ਅੱਜ ਹੁਨੈਸਰੀ ਪੜ੍ਹਾਉਣ ਦੀ ਲੋੜ ਹੈ, ਅੱਜ ਪਰਿਵਾਰਕ ਮਾਹੌਲ ਪੜ੍ਹਾਉਣ ਦੀ ਲੋੜ ਹੈ, ਅੱਜ ਸਕੂਲਾਂ ਦੇ ਵਿੱਚ ਮਹਾਤਮਾ ਬੁੱਧ ਵਰਗੇ ਪੜ੍ਹਾਉਣ ਦੀ ਲੋੜ ਆ, ਅੱਜ ਸਕੂਲਾਂ ਦੇ ਵਿੱਚ ਬਾਬੇ ਨਾਨਕ ਦੀਆਂ ਜੀਵਨੀਆਂ ਪੜ੍ਹਾਉਣ ਦੀ ਲੋੜ ਆ, ਅੱਜ ਸਕੂਲਾਂ ਦੇ ਵਿੱਚ ਮਾਂ ਬਾਪ ਆਪਸੀ ਰਿਸ਼ਤਿਆਂ ਦੇ ਸੁਮੇਲ ਕਰਨ ਦੀ ਲੋੜ ਹੈ। ਮਾਂ ਪਤਾ ਕੀ ਪੜ੍ਹਾਉਂਦੀ ਹੈ ਲਹਿਲ ਸਾਹਿਬ ਜੀ? ਜਦੋਂ 3-4 ਸਾਲ ਦਾ ਬੱਚਾ ਹੋਸ਼ ਸੰਭਾਲਦਾ, ਪੁੱਤ ਚਾਚੇ ਦੇ ਮੁੰਡੇ ਨਾਲ ਨਹੀਂ ਬੋਲਣਾ, ਇਹ ਠੀਕ ਨਹੀਂ ਹੈ, ਪੁੱਤ ਤਾਏ ਦੇ ਘਰੇ ਨਹੀਂ ਜਾਣਾ, ਆਪਣੀ ਇਹਨਾਂ ਦਾ ਬਣਦੀ ਨਹੀਂ, ਪੁੱਤ ਮਾਸੀ ਨੂੰ ਘੱਟ ਫੋਨ ਕਰਨੇ ਹੈ, ਮਾਸੀ ਚੁਗਲਖੋਰ ਹੈ। ਲਹਿਲ ਸਾਹਿਬ ਜਦੋਂ ਤੁਸੀਂ ਪੜ੍ਹਾਈ ਬੱਚੇ ਨੂੰ ਇਹ ਕਰ ਰਹੇ ਹੋ ਤੇ ਬੱਚਾ ਫਿਰ ਕੀ ਕਰੂਗਾ? ਬੱਚਾ ਘਰ ਹੀ ਰਹੂਗਾ ਨਾ। ਅੱਜ ਬੱਚਾ ਆਪਣੇ ਮਾਂ ਬਾਪ ਨਾਲ ਕਿਸੇ ਵਿਆਹ ਸ਼ਾਦੀ ਜਾ ਕੇ ਰਾਜੀ ਨੇ, ਅੱਜ ਬੱਚਾ ਆਪਣੇ ਮਾਂ ਬਾਪ ਦੇ ਨਾਲ ਕਿਸੇ ਫੰਕਸ਼ਨ ਤੇ ਜਾ ਕੇ ਰਾਜੀ ਨੇ। ਕਿਉਂ? ਉਹ ਇਕੱਲਾ ਰਹਿਣਾ ਪਸੰਦ ਕਰਦਾ, ਉਹਨੂੰ ਅਸੀਂ ਦੱਸੇ ਨੀ ਲਹਿਲ ਸਾਹਿਬ, ਸੰਸਾਰਕ ਰਿਸ਼ਤੇ ਨੀ ਸਮਝਾਏ, ਪਰਿਵਾਰਕ ਰਿਸ਼ਤੇ ਨੀ ਸਮਝਾਏ। ਅੱਜ ਉਹਨੂੰ ਫੋਨ ਦੇ ਦਿਓ, ਉਹਨੂੰ 20 ਘੰਟੇ ਨਾ ਬੁਲਾਓ ਲਹਿਲ ਸਾਹਿਬ, ਉਹਨੂੰ ਨਾ ਖਾਣ ਨੂੰ ਦਿਓ, ਨਾ ਪੀਣ ਨੂੰ ਦਿਓ, ਉਹਨੂੰ ਕੁਛ ਨਾ ਦਿਓ, ਸਿਰਫ ਇੱਕ ਫੋਨ ਦੇ ਦਿਓ, ਇੱਕ ਟੀਵੀ ਦੇ ਦਿਓ। ਗਲਤ ਇਹ ਹੈ, ਖੜਪਾਣਾ ਬੈਠਾ ਰਹੂਗਾ ਲਹਿਲ ਸਾਹਿਬ। ਜਦੋਂ ਬੱਚੇ ਮਸ਼ੀਨੀ ਹੋ ਗਏ, ਬੱਚੇ ਮੋਬਾਈਲ ਤੇ ਲੱਗ ਗਏ, ਬੱਚੇ ਗੰਦਾ ਲਿਟਰੇਚਰ ਵੇਖਣ ਲੱਗ ਗਏ, ਬੱਚਾ ਇਸ ਤਰ੍ਹਾਂ ਦੇ ਵੀਡੀਓ ਵੇਖਣ ਲੱਗ ਗਏ, ਠੀਕ ਹੈ ਨਾ, ਵੀ ਜਿਹੜੇ ਵੀਡੀਓ ਨੂੰ ਆਪਾਂ ਪ੍ਰਾਈਵੇਟ ਰੂਪ ਵੱਡੇ ਹੋ ਗਏ ਆਪਾਂ ਪ੍ਰਾਈਵੇਟ ਰੂਮ 'ਚ ਦੇਖਦੇ ਹਾਂ, ਤਾਂ ਲਹਿਲ ਸਾਹਿਬ ਫਿਰ ਤੁਸੀਂ ਬਾਬਿਆਂ ਦੀਆਂ ਗੱਲਾਂ ਕਰਦੇ ਹੋ, ਉੱਥੇ ਰੱਬ ਦੀਆਂ ਗੱਲਾਂ ਕਰਦੇ ਹੋ? ਰੱਬ ਵਾਲਾ ਵੀਡੀਓ ਪਾ ਲਓ ਲਹਿਲ ਸਾਹਿਬ, ਜੋ ਇੱਕ ਦੋ ਆ ਜਾਣਗੇ, ਤੁਸੀਂ ਪਾ ਲਓ, ਠੀਕ ਹੈ ਨਾ, ਵੀ ਭਾਬੀ ਬਾਥਰੂਮ 'ਚ ਨਹਾ ਰਹੀ ਸੀ ਜਾਂ ਫਲਾਨਾ ਕੁਛ ਇਹੋ ਜਿਹਾ ਕਰ ਰਹੀ ਸੀ, ਮੈਂ ਕਹਿੰਦਾ 1000 ਵੀਡੀਓ ਆਜੂਗਾ। ਲੱਚਰ ਮਟੀਰੀਅਲ ਬਣਾਉਣ ਵਾਲੇ ਬੈਠੇ ਨੇ, ਇਹ ਲੱਚਰ ਮਟੀਰੀਅਲ ਬਣਾਉਣ ਵਾਲੇ ਦਾ ਨਤੀਜਾ ਹੀ ਹੈ ਅੱਜ ਜਿਹੜੇ ਦਾੜੀਆਂ ਪੱਟੀਆਂ ਜਾ ਰਹੀਆਂ, ਜਿਹੜੇ ਬਲਾਤਕਾਰ ਹੋ ਰਹੇ ਨੇ, ਜਿਹੜੇ ਕਤਲੋ ਗਾਰਤ ਹੋ ਰਹੀ ਹੈ, ਡੇਲੀ ਟੂਮਾਂ ਲਾਈਆਂ ਜਾ ਰਹੀਆਂ, ਠੱਗੀ ਦੇ ਸ਼ਿਕਾਰ ਹੋ ਰਹੇ ਨੇ, ਉਹ ਤੋਂ ਹੈਕਰ ਸਰਗਰਮ ਹੋ ਗਏ, ਬੈਂਕਾਂ ਨੂੰ ਸੰਨ ਲਾਉਣ ਵਾਲੇ, ਉਹ ਵਰਲਡ ਵਾਈਡ ਇੱਕ ਐਡਾ ਤਗੜਾ ਨੈਟਵਰਕ ਹੋ ਗਿਆ ਵੀ ਕਈ ਹਜ਼ਾਰ ਕਰੋੜ ਰੁਪਇਆ ਡੇਲੀ ਲੋਕਾਂ ਦੇ ਬੈਂਕਾਂ ਦੇ ਵਿੱਚੋਂ ਅਕਾਊਂਟਾਂ ਚੋਂ ਨਿਕਲਦੇ ਆ। ਲੈ ਸਰ, ਕੀ ਸਿਕਿਉਰਿਟੀ ਹੈ? ਕੋਈ ਕਰਾ ਲਓ ਬੈਂਕ 'ਚ ਪੈਸੇ ਜਮਾ ਜੀ, ਇਹੋ ਜਿਹਾ ਹੈਕਰ ਆਊਗਾ ਤੁਹਾਡੇ ਸਾਰੇ ਪੈਸੇ ਚੱਕ ਕੇ ਲੈ ਜਾਊਗਾ, ਕਿਉਂਕਿ ਸਾਡੇ ਕੋਲੇ ਬੀਨਾ ਮਾਰਨ ਵਾਸਤੇ ਸਾਡੇ ਸਰਕਾਰ ਕੋਲ ਬਹੁਤ ਕੁਛ ਹੈ। ਉਹ ਤਾਂ ਭਗਵੰਤ ਮਾਨ ਹੈਗਾ ਹੀ ਆਪਣੇ ਕੋਲ, ਉਹ ਪੱਕਾ ਬੰਦਾ ਲੈ ਸਾਹਿਬ। ਮਤਲਬ ਪੰਜਾਬ ਨੂੰ ਫਖਰ ਹੋਣਾ ਚਾਹੀਦਾ ਵੀ ਆਪਾਂ ਝੂਠ ਮਾਰਨ ਵਾਸਤੇ, ਡੀਂਗਾ ਮਾਰਨ ਵਾਸਤੇ, ਨਾ ਕੰਮ ਕਰਨ ਵਾਸਤੇ ਇੱਕ ਮੁੱਖ ਮੰਤਰੀ ਰੱਖਿਆ ਭਗਵੰਤ ਮਾਨ, ਇੱਕ ਬਹੁਤ ਸੀਨੀਅਰ ਅਫਸਰ ਹੈ ਜੀ, ਆਪਾਂ ਨਾਂ ਨਹੀਂ ਹੁਣ ਲੈ ਸਕਦੇ। ਉਹਨੇ ਕਿਹਾ ਵੀ ਇਹ ਪਹਿਲਾ ਮੁੱਖ ਮੰਤਰੀ ਹੈ ਜੀ ਜਿਹੜਾ ਝੂਠ ਤੇ ਚਲਾ ਰਿਹਾ ਸਾਰਾ ਕੁਛ, ਦੇਖ ਲਓ ਚੱਲ ਰਿਹਾ ਚੱਲ ਰਿਹਾ। ਮੈਂ ਗੱਲ ਕਹਿਣੀ ਸੀ, ਕਿੱਡਾ ਦਿਮਾਗੀ ਲੈ ਸਾਹਿਬ, ਕਿੱਡਾ ਦਿਮਾਗੀ ਬੰਦਾ ਹੈ ਵੀ ਝੂਠ ਵਾਲੀ ਸਰਕਾਰ ਚੱਲ ਰਹੀ ਹੈ, ਐਂਡੋ ਸੀ ਖਤਮ ਕਰਤੀ, ਖਤਮ ਨਹੀਂ ਹੋਈ ਅਸੀਂ ਜੀ ਉਹ ਟੇਲਾ ਤੱਕ, ਉਹ ਤੁਸੀਂ ਦੱਸੋ ਲਹਿਲ ਸਾਹਿਬ, ਇਹ ਤਾਂ ਤੁਹਾਡਾ ਮੈਟਰ ਹੈ। ਝੂਠ ਜਦੋਂ ਗੱਲ ਆਪਾਂ ਝੂਠ ਦੀ ਕਰਤੀ ਨਾ, ਅਸੀਂ ਤਾਂ ਬਹੁਤ ਵਾਰ, ਮੇਰਾ ਖਿਆਲ ਹੈ
ਉਹਦੇ ਜਿੱਤਣ ਤੋਂ ਪਹਿਲਾਂ ਦੀ ਗੱਲ ਕਰਦੇ ਰਹੇ 1500 ਵਾਰ ਕਿ ਭਾਈ ਜਦ ਤੱਕ ਭਗਵੰਤ ਮਾਨ ਹੋਣੀ ਮੁੱਖ ਮੰਤਰੀ ਸਾਹਿਬ ਆਪਣੇ ਮੂੰਹ ਤੇ ਕੰਟਰੋਲ ਨਹੀਂ ਕਰਦੇ ਤਦ ਤੱਕ ਸੁਧਾਰ ਨਹੀਂ ਹੋ ਸਕਦਾ। ਭਾਵੇਂ ਤੁਸੀਂ ਮਹੀਨੇ 'ਚ ਇੱਕ ਵਾਰ ਬੋਲੋ ਪਰ ਉਹ ਚੀਜ਼ ਬੋਲੋ ਜਿਹੜੀ ਸਿਧਾਂਤਕ ਤੌਰ ਤੇ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੋ ਸਕਦੀ ਹੈ ਤੇ ਕਾਨੂੰਨ ਉਹਦੀ ਇਜਾਜ਼ਤ ਦਿੰਦਾ, ਕਿਉਂਕਿ ਕਾਨੂੰਨ ਦੇ ਮੁਤਾਬਕ ਵਿੱਤ ਵਿਭਾਗ ਵੀ ਆ, ਕਈ ਹੋਰ ਵਿਭਾਗ ਵੀ ਆ ਜਿੱਥੋਂ ਤੁਹਾਡੀਆਂ ਸਾਰੀਆਂ ਜਿਹੜੀਆਂ ਪਰਮਿਸ਼ਨਾਂ ਲੈਣ ਤੋਂ ਬਾਅਦ, ਸਾਰੀਆਂ ਸਲਾਹਾਂ ਤੋਂ ਬਾਅਦ ਕੋਈ ਤੁਸੀਂ ਬੋਲਣਾ ਹੁੰਦਾ। ਪਰ ਅਜੇ ਮੀਂਹ ਤੇ ਹੁੰਦਾ ਜਿਹੜੇ ਅੰਮ੍ਰਿਤਸਰ ਸ਼ਿਮਲੇ ਤੇ ਉਹ ਅਸੀਂ ਜਿਹੜੀ ਸੁੱਥਣ ਆ ਉਹ ਮਤਲਬ ਚੰਡੀਗੜ੍ਹ ਚੁੱਕੀ ਫਿਰਦੇ ਹਾਂ, ਵੀ ਭਿੱਜ ਨਾ ਜਾਵੇ ਗੱਲ ਤੇ ਨੌ ਕੋ ਦਰਿਆ ਤੇ ਸੁੱਥਣ ਮੋਢੇ ਤੇ ਅਸੀਂ ਤੇ ਪਹਿਲਾਂ ਚੁੱਕੀ ਫਿਰਦੇ ਹਾਂ। ਜੇ ਹੁਣ ਗੱਲ ਕਰਦੇ ਹਾਂ ਤੁਸੀਂ ਇਹਦੀ ਝੂਠ ਦੀ ਗੱਲ ਕਰਦੇ ਹਾਂ ਤੇ ਅਜੇ ਸਾਡੀ ਪਹਿਲੀ ਜਿਹੜੀ ਨਹਿਰ ਹੈ ਨਾ SYL ਨਹਿਰ, ਪਤਾ ਨੀ ਉਹਨੇ ਕਿੰਨੇ ਪੁੱਤ ਖੋਲੇ ਸਾਥੇ, ਕਿੰਨੀਆਂ ਮਾਵਾਂ ਦੇ ਬੱਚੇ ਜਿਹੜੇ ਗੋਦੀ ਚੋਂ ਖੋਏ ਗਏ, ਉਹ ਮਸਲਾ ਲੋਟ ਨਾ ਆਇਆ ਅੱਜ ਤੱਕ, ਉਹ ਮਸਲਾ ਜਿਹੜਾ ਉੱਥੇ ਦਾ ਉੱਥੇ ਖੜਾ। ਤਾਂ ਇਹ ਉਸ ਵੇਲੇ ਉਤਪੰਨ ਹੁੰਦਾ ਜਿਸ ਵੇਲੇ ਇਲੈਕਸ਼ਨ ਚੋਣਾਂ ਹੁੰਦੀਆਂ, ਤੇ ਅੱਜ ਇੱਕ ਹੋਰ ਨਵਾਂ ਜਿਹੜਾ ਸ਼ੋਸ਼ਾ ਛੱਡਤਾ ਗਿਆ। ਬਾਕੀ ਨਹਿਰਾਂ 'ਚ ਤਾਂ ਪਾਣੀ ਆਇਆ ਨੀ, ਉਹਨਾਂ ਨਹਿਰਾਂ ਤੇ ਪਿਛਲੀ 2024 ਦੀਆਂ ਇਲੈਕਸ਼ਨਾਂ ਤੇ ਚੁੱਪ ਚੋਣ ਜਿਹੜੀ ਜਲੰਧਰ ਦੀ ਸੀ ਉਹਦੇ ਤੌਰ ਤੇ ਭਗਵੰਤ ਮਾਨ ਨੇ ਤੇਲ ਤੱਕ ਪਾਣੀ ਪਹੁੰਚਾਤਾ ਸੀ। ਤੇ ਜਦੋਂ ਨਹਿਰੀ ਪਟਵਾਰੀਆਂ ਦੀ ਗੱਲ ਪੁੱਛੀ ਤੇ ਨਹਿਰੀ ਪਟਵਾਰੀ ਕਹਿੰਦੇ ਵੀ 21% ਪਾਣੀ ਜਿਹੜਾ ਟੇਲਾਂ ਤੱਕ ਗਿਆ, ਪਰ ਸਾਨੂੰ 100% ਦੀ ਰਿਪੋਰਟਾਂ ਤਿਆਰ ਕਰਨ ਵਾਸਤੇ ਜਿਹੜੇ ਸਾਡੇ ਸਕੱਤਰ ਨੇ ਉਹ ਸਾਨੂੰ ਦਬਾਅ ਪਾ ਰਹੇ ਨੇ। ਤੇ ਜਿਹੜਾ ਉਸ ਪਟਵਾਰ ਯੂਨੀਅਨ ਦਾ ਪ੍ਰਧਾਨ ਸੀ ਉਹ ਸਸਪੈਂਡ ਕਰਤਾ ਗਿਆ ਤੇ ਦੂਸਰੇ ਦੀ ਹੈੱਡਕੁਆਟਰ ਹੀ ਪਠਾਨਕੋਟ ਬਣਾ ਦਿੱਤਾ, ਕਿਉਂਕਿ ਸੱਚ ਬੋਲਤਾ ਸੀ ਉਹਨੇ। ਹੁਣ ਇਸੇ ਤਰ੍ਹਾਂ ਜਿਹੜੀ ਮਾਲਵਾ ਨਹਿਰ ਦੀ ਗੱਲ ਕੀਤੀ ਹੈ ਨਾ, ਅਜੇ ਮਾਲਵਾ ਨਹਿਰ ਤੇ ਭਗਵੰਤ ਮਾਨ ਜੀ ਤੁਸੀਂ ਕਾਗਜ਼ਾਂ 'ਚ ਬਣਾਈ ਆ, ਅਜੇ ਤੁਹਾਡੀ ਪ੍ਰਪੋਜ਼ਲ ਹੈ, ਅਗਰ ਤੁਸੀਂ ਉਸ ਪ੍ਰਪੋਜ਼ਲ ਨੂੰ ਉਹ ਲਿਆਂਦਾ ਪੇਪਰਾਂ ਦੇ ਉੱਤੇ ਲਕੀਰਾਂ ਮਾਰੀਆਂ ਨੇ ਤੇ ਅਨਾਊਂਸ ਤੁਸੀਂ ਕਰਤਾ ਵੀ ਹੁਣ ਤਾਂ ਪਾਣੀ ਜਿਹੜਾ ਮਾਲਵੇ ਦੇ ਪਿੰਡਾਂ ਛੱਡੋ ਰਾਜਸਥਾਨ ਤੱਕ ਪਾਣੀ ਪਹੁੰਚ ਗਿਆ। ਹੁਣ ਲੋਕੀ ਰੋਜ਼ ਟੂਟੀਆਂ ਖੋਲ ਕੇ ਵੇਖਦੇ ਹੋਣੇ ਆ ਤੇ ਖਾਲੇ ਪੁੱਟ ਕੇ ਵੇਖਦੇ ਹੋਣੇ ਵੀ ਸਾਡੀ ਨਹਿਰ 'ਚ ਮਾਲਵੇ ਦਾ ਪਾਣੀ ਨਹੀਂ ਆਇਆ। ਸੋ ਜੇ ਤੁਸੀਂ ਅਨਾਊਂਸ ਹੀ ਕਰਨਾ ਸੀ ਤੈਨੂੰ ਪ੍ਰੋਸੈਸ ਤੁਰ ਪੈਂਦਾ। ਅਜੇ ਤੇ ਉਹ ਜਿਹੜੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਦੇ ਅੰਦਰ ਕੇਂਦਰ ਸਰਕਾਰ ਦੀ ਜਿਹੜੇ ਪ੍ਰੋਜੈਕਟ ਸੀ ਜਿਹੜੇ ਸਾਡੇ ਅੰਮ੍ਰਿਤਸਰ ਕਟਲਾ ਦਿੱਲੀ ਸੀ ਜਾਂ ਹੋਰ ਸਾਡੀ ਸੜਕੀ ਮਾਰਗੀ ਸੀ ਉਹ ਸਾਰੇ ਪ੍ਰੋਜੈਕਟ ਜਿਹੜੇ ਸਰਕਾਰ ਨੇ ਕੇਂਦਰ ਸਰਕਾਰ ਨੇ ਵਾਪਸ ਲੈ ਲਏ, ਰੱਦ ਕਰਤੇ। ਕਿਉਂ ਕੀਤੇ ਰੱਦ? ਉਹ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੀ ਨਕੈਲੀ ਕਰਕੇ ਕੀਤੀ ਹੈ, ਅਫਸਰਾਂ ਦੀ ਢਿੱਲ ਮੱਠ ਨੇ ਕੀਤੀ ਹੈ, ਸੁਸਤਪਣੇ ਨੇ ਕੀਤੀ ਹੈ। ਇਹ ਦਾਅਵਾ ਹੋ ਚੁੱਕਾ, ਰਿਪੋਰਟਾਂ ਦਾਅਵਾ ਕਰਦੀਆਂ ਨੇ ਕਿ ਪੰਜਾਬ ਦੀ ਸੁਸਤ ਅਫਸਰਸ਼ਾਹੀ ਤੇ ਪੰਜਾਬ ਦੇ ਰਾਜਸੀ ਜਿਹੜਾ ਮਤਲਬ ਤੇਰਾ ਉਹਦੀ ਨਗੈਲੀ ਕਰਕੇ ਅੱਜ ਸਾਨੂੰ ਇਹ ਪ੍ਰੋਜੈਕਟ ਬੰਦ ਕਰਨੇ ਪੈ ਰਹੇ। ਕਿਉਂ? ਕਿ ਜਿਹੜਾ ਪ੍ਰੋਜੈਕਟ ਚਾਲੂ ਕੀਤਾ ਸੀ ਉਹਦੀਆਂ ਜ਼ਮੀਨਾਂ ਦਾ ਸਰਵੇ ਕਰਕੇ ਉਹ ਜ਼ਮੀਨਾਂ ਅਕਵਾਇਰ ਕਰਨੀਆਂ ਸੀ, ਅਕਵਾਇਰ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਉਹਨਾਂ ਮੁਆਵਜ਼ਾ ਦੇਣਾ ਸੀ। 906 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਮੁਆਵਜ਼ੇ ਵਜੋਂ ਸਰਕਾਰ ਨੂੰ ਦਿੱਤਾ, ਉਹ ਪੈਸਾ ਪਤਾ ਨਹੀਂ ਕਿੱਥੇ ਖਾ ਗਏ, ਕਿਹੜੇ ਕੰਮਾਂ ਤੇ ਲਾਤਾ। ਜਦੋਂ ਉਹ ਪ੍ਰੋਜੈਕਟ ਅਜੇ ਚੱਲਣੇ ਸੀ, ਉਹਨਾਂ ਪ੍ਰੋਜੈਕਟਾਂ ਦੀ ਅਜੇ ਸਰਵੇ ਕਰਕੇ ਜ਼ਮੀਨਾਂ, ਕਿਉਂਕਿ ਟਾਈਮ ਲਿਮਿਟ ਸੀ, ਟਾਈਮ ਬੰਦ ਹੋ ਰਿਹਾ ਸੀ, ਠੇਕੇਦਾਰ ਕੰਮ ਛੱਡ ਕੇ ਭੱਜ ਗਏ, ਕਿਉਂਕਿ ਛੱਡ ਰਹੇ ਨੇ ਕਿਉਂਕਿ ਉਹਨੂੰ ਪੇਮੈਂਟਾਂ ਨਹੀਂ ਹੋਈਆਂ, ਉਹਨਾਂ ਨੂੰ ਜ਼ਮੀਨ ਨਹੀਂ ਮਿਲੀ। ਸੋ ਇਸੇ ਤਰ੍ਹਾਂ ਮਾਲਵੇ ਦੀ ਨਹਿਰ ਦਾ ਅਜੇ ਤਾਂ ਸਰਵੇਖਣ ਹੋਣਾ, ਅਜੇ ਤੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਜ਼ਮੀਨਾਂ ਦੇ ਵਿੱਚੋਂ ਨਹਿਰ ਨਿਕਲਣੀ ਹੈ ਉਸ ਨਹਿਰ ਦੀ ਜ਼ਮੀਨਾਂ ਅਕਵਾਇਰ ਹੋਣੀਆਂ ਨੇ, ਅਕਵਾਇਰ ਤੋਂ ਬਾਅਦ ਉਹਦੇ ਮੁਆਵਜ਼ਾ ਦਿੱਤਾ ਜਾਣਾ,
ਜਦੋਂ ਮੁਆਵਜ਼ਾ ਦੇਣ ਦੀ ਗੱਲ ਆਉਣੀ ਆ ਫਿਰ ਕੋਰਟਾਂ ਤੇ ਕਚਹਿਰੀਆਂ ਚ ਕੇਸ ਜਾਣੇ ਨੇ ਕਿ ਸਾਨੂੰ ਘੱਟ ਮਿਲਿਆ ਜਾਂ ਸਾਡੀ ਜ਼ਮੀਨ ਇਹਦੇ ਵਿੱਚ ਨਾ ਆਵੇ, ਕਿਉਂਕਿ ਪੈਸੇ ਨਹੀਂ ਕਿਤੋਂ ਪੂਰੇ ਮਿਲਣੇ ਤੇ ਜ਼ਿਮੀਂਦਾਰ ਕਿਉਂ ਆਪਣੀ ਜ਼ਮੀਨ ਜਿਹੜੀ ਆ ਟੋਟੇ ਟੋਟੇ ਕਰਾਊਗਾ। ਅਜੇ ਤੇ ਪ੍ਰੋਜੈਕਟ ਸ਼ੁਰੂ ਹੋਣਾ ਸੀ ਤੇ ਅਸੀਂ ਪ੍ਰਚਾਰ ਬਹੁਤ ਵੱਡਾ ਕਰਤਾ, ਪੰਜਾਬ ਤੋਂ ਪਾਣੀ ਪਹਿਲਾਂ ਹੀ ਨਹੀਂ ਸੀਗਾ। ਸੋ ਇਹ ਸਾਰਾ ਕੁਛ ਕਿਉਂ ਕੀਤਾ ਗਿਆ, ਕਿਉਂ ਕੇਸ ਕਰਕੇ ਕਿ ਹਰਿਆਣੇ ਦੇ ਅੰਦਰ ਤੇ ਰਾਜਸਥਾਨ ਦੇ ਅੰਦਰ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ, ਹੁਣ ਆਪਣਾ ਤੇ ਆਪਣਾ ਬਚ ਨਹੀਂ ਸਿਆ, ਪੰਜਾਬ ਤੇ ਬਚਾਇਆ ਨਹੀਂ ਜਾ ਸਕਦਾ। ਤੇ ਪਰਸੋਂ ਕੁਰੂਕਸ਼ੇਤਰ ਦੇ ਵਿੱਚ ਜਦੋਂ ਭਗਵੰਤ ਮਾਨ ਸਾਹਿਬ ਹੁਣ ਰੈਲੀ ਕਰ ਰਹੇ ਨੇ ਤੇ ਉਹਦੇ 'ਚ ਇਹ ਗੱਲ ਕਹਿੰਦੇ ਨੇ ਕਿ ਅਸੀਂ ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਜਿਹੜਾ ਉਹ ਜਿਹੜਾ 10,000 ਕਰੋੜ ਰੁਪਇਆ ਲੈ ਕੇ ਭੱਜੇ ਹੋਏ ਨੇ ਨਾ, ਅਸੀਂ ਉਹ ਵਾਪਸ ਪੰਜਾਬ 'ਚ ਲੈ ਕੇ ਆਵਾਂਗੇ। ਦੱਸੋ ਵੀ ਜਿਹੜਾ ਪੰਜਾਬ ਦਾ ਪੈਸਾ ਉਹ ਤੇ ਬਚਾ ਲਓ, ਸ਼ੁਕਰੀਆ, ਉਹ ਅਸੀਂ 700 ਕਰੋੜ ਰੁਪਇਆ ਫਿਰ 1 ਅਗਸਤ ਨੂੰ ਲੈ ਲਿਆ, ਟਾਈਮ ਹੋ ਗਿਆ ਲੈ ਸਰ। ਏਡੇ ਵੱਡੇ ਪੱਧਰ ਤੇ ਅਸੀਂ ਕ੍ਰਾਈਸਿਸ 'ਚ ਆ ਗਏ ਹਾਂ ਕਿ ਜਿੰਨਾ ਵੀ ਪੈਸਾ ਅਸੀਂ ਲੋਨ ਤੇ ਕਰਜ਼ੇ 'ਚ ਲੈਂਦੇ ਹਾਂ ਅਸੀਂ ਹੋਰ ਨਾ ਕੰਮਾਂ ਲਈ ਵਰਤ ਰਹੇ ਹਾਂ। ਲੈ ਸਾਹਿਬ ਇੱਕ ਤਾਂ ਹੋਰ ਨਵਾਂ ਹੋਰ, ਸੋ ਮੈਂ ਬਹੁਤਾ ਨਾ ਕਿ ਲਾਸਟ ਕਰਨ ਲੱਗਾ ਜੀ ਜੀ। ਸੋ ਕਹਿਣ ਦਾ ਭਾਵ ਤੁਸੀਂ ਕਿਹੜੀ ਗੱਲ ਕੀਤੀ ਸੀ ਵੀ ਝੂਠ ਦੇ ਸਹਾਰੇ ਜਿਹੜੀ ਸਰਕਾਰ ਚੱਲ ਰਹੀ ਹੈ ਤੇ ਇਸ ਝੂਠ ਦੀ ਸਰਕਾਰ ਦਾ ਜਿਹੜਾ ਮੁੱਖ ਜਿਹੜਾ ਮਤਲਬ ਹੈਗਾ ਜ਼ਿੰਮੇਵਾਰ ਬੰਦੇ ਨੇ ਉਹ ਸਾਡੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੋਣੀ ਨੇ। ਉਹਨਾਂ ਨੂੰ ਸਾਡੀ ਫਿਰ ਬੇਨਤੀ ਹੈ ਵੀ ਕੋਈ ਵੀ ਜਦੋਂ ਕੰਮ ਕਰਦੇ ਆ ਜਾਂ ਕੁਛ ਵੀ ਕਰਦੇ ਆ ਉਸ ਕਰਨ ਤੋਂ ਪਹਿਲਾਂ ਬਿਆਨ ਦੇਣੇ, ਜਿਹੜਾ ਬਿਆਨ ਦੇ ਕੇ ਮੁੜ ਕੇ ਪੂਰੇ ਨੇ ਕਰਨੇ, ਕਿਉਂਕਿ ਤੁਸੀਂ ਤੇ ਗੱਲ ਪਹਿਲਾਂ ਹੀ ਨਿਬੇੜ ਦਿੱਤੀ ਸੀ ਵੀ ਅਜੇ ਤੱਕ ਨਾ ਹੀ ਤੇ ਜਿਹੜਾ ਉਹ ਬਾਦਲਾਂ ਦਾ ਜਿਹੜਾ ਸੀ ਰਿਜ਼ੋਰਟ ਅਜੇ ਤੱਕ ਉਹ ਕਹਿੰਦੇ 8 ਦਿਨਾਂ 'ਚ ਅਸੀਂ ਐਂ ਕਰ ਦਿਆਂਗੇ, ਅਜੇ ਉਹਦਾ ਕੁਛ ਨਹੀਂ ਪਤਾ। ਉਹ ਚਰਨਜੀਤ ਚੰਨੀ ਵਾਲਾ ਜਿਹੜਾ ਉਹ ਪੈਸਿਆਂ ਦਾ 2 ਕਰੋੜ ਦਾ ਘਪਲਾ ਸੀ ਨੌਕਰੀ ਦੇ ਨਾਲ ਦੇ ਉਹ ਨਹੀਂ ਹੋਇਆ, ਫਿਰ ਚੁਟਕੀ ਨਾਲ ਜਿਹੜੀ ਸੀ ਉਹ ਬੀਬੀ ਸਾਡੀ ਕਹਿੰਦੀ ਸੀ MSP ਦੇ ਦਿਆਂਗੇ, ਅਜੇ ਉਹਦਾ ਕੱਖ ਨਹੀਂ ਬਣਿਆ। ਜਾਂ ਹੋਰ ਅਨੇਕਾਂ ਕਈ ਮਸਲੇ ਨੇ ਜਿਨ੍ਹਾਂ ਮਸਲਿਆਂ ਦੀ ਗੱਲ ਤੇ ਕਰ ਦਿੱਤੀ ਸੀ ਪਰ ਗੱਲ ਕਰਕੇ ਮੁੜ ਕੇ ਭੁੱਲ ਗਏ ਤੇ ਪੰਜਾਬ ਦੇ ਲੋਕ ਵੈਸੇ ਹੀ ਭੁੱਲ ਜਾਂਦੇ ਨੇ। ਸੋ ਇਸ ਕਰਕੇ ਚੰਗੀ ਗੱਲ ਹੋਵੇ ਜੇ ਸਰਕਾਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਲੋਕ ਇਲਜ਼ਾਮ ਨਾ ਦੇਣ, ਤਾਂ ਬੈਟਰ ਇਹ ਵੀ 3 ਅਜੇ ਵਿਧਾਨ ਸਭਾ ਦੇ ਜਿਹੜੇ ਉਹ ਚੋਣਾਂ ਅਜੇ ਹੋਣੀਆਂ ਨੇ ਸਾਡੀਆਂ, ਫਿਰ ਨਵੀਆਂ ਚੋਣਾਂ ਆ ਰਹੀਆਂ ਨੇ, ਉਹ ਤਾਂ ਡਰਦੇ ਕਰਾ ਨਹੀਂ ਰਹੇ ਲੈ ਸਾਹਿਬ, ਪੰਚਾਇਤਾਂ ਦੀਆਂ ਚੋਣੀਆਂ ਆ ਰਹੀਆਂ ਨੇ, ਉਹ ਤਾਂ ਡਰਦੇ ਕਰਾ ਹੀ ਨਹੀਂ ਰਹੇ। ਸੋ ਇਸ ਕਰਕੇ ਹਾਈ ਕੋਰਟ ਨੇ ਅਨਾਉਂਸ ਕਰ ਦਿੱਤਾ ਵੀ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਸਤੰਬਰ ਦੇ ਅਖੀਰ ਤੱਕ ਹੋਣੀਆਂ ਲਾਜ਼ਮੀ ਆ, 42 ਜਿਹੜੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਉਹ 2 ਸਾਲ ਤੋਂ ਕੁਛ ਪੈਂਡਿੰਗ ਨੇ, ਕੁਝ ਦਸੰਬਰ ਤੋਂ 2023 ਤੋਂ ਪੈਂਡਿੰਗ ਨੇ, ਉਹ ਚੋਣਾਂ ਕਰਾਈਆਂ ਨਹੀਂ ਜਾ ਰਹੀਆਂ। ਇਹਨਾਂ ਦਾ ਧਿਆਨ ਤਾਂ ਫਿਰ ਚੋਣਾਂ 'ਚ ਹੋ ਜਾਣਾ, ਇਹ ਨਹਿਰ 'ਚੋਂ ਤੇ ਫਿਰ ਰੇਤ ਹੀ ਨਿਕਲਣੀ ਆ, ਮੈਨੂੰ ਤਾਂ ਲੱਗਦਾ ਕੁਝ ਹੋਵੇ ਚੰਗਾ ਹੋਵੇ ਤੇ ਭਗਵੰਤ ਮਾਨ ਇਹਨਾਂ ਦੇ ਗੱਲਾਂ ਦੇ ਉੱਤੇ ਗੌਰ ਕਰਕੇ ਸਰਕਾਰ ਨੂੰ ਸਿਸਟਮ ਨੂੰ ਤੇ ਲੋਕਾਂ ਨੂੰ ਚੰਗੇ ਤਰ੍ਹਾਂ ਚਲਾਉਣ ਲਈ ਯਤਨ ਕਰੇ। ਇਹ ਨਾ ਹੋਵੇ ਵੀ ਰਾਜਪੁਰੇ ਜਾਂਦੇ ਜਾਂਦੇ ਅਚਾਨਕ ਛਾਪਾ ਮਾਰ ਲਿਆ, ਛਾਪਾ ਮਾਰਿਆ ਤੇ ਉੱਥੇ ਪੁਲਿਸ ਜਿਹੜੀ ਆ ਪੁਲਿਸ ਵੀ ਬਹੁਤ ਵੱਡੀ ਨਫਰੀ ਚੱਲ ਗਈ, ਫਿਰ ਸਾਰਾ ਜਿਹੜਾ ਪੱਤਰਕਾਰ ਭਾਈਚਾਰਾ ਵੀ ਚੱਲ ਗਿਆ। ਜੇ ਅਚਨਚੇਤ ਹੁੰਦਾ ਤੇ ਕਦੇ ਭਾਈਚਾਰਾ ਪੱਤਰਕਾਰ ਨਾ ਉੱਥੇ ਪਹੁੰਚਦੇ, ਕਦੇ ਵੀ ਪੁਲਿਸ ਪ੍ਰਸ਼ਾਸਨ ਨਾ ਪਹੁੰਚਦੀ ਤੇ ਨਾ ਹੀ ਉਹਨਾਂ ਗੇਟਾਂ ਦੇ ਉੱਤੇ ਲਿਖਿਆ ਹੁੰਦਾ ਕਿ ਇਹ ਇੱਥੇ ਵਿਗੜੇ ਆ ਆਮ ਲਾਂਘਾ ਬੰਦ ਹੈ, ਇਹ ਕਦੇ ਨਾ ਲਿਖਿਆ ਹੁੰਦਾ। ਅਚਨਚੇਤ ਦਾ ਮਤਲਬ ਲਹਿਲ ਸਾਹਿਬ ਜੀ ਕਰਿਓ, ਨਾ ਤਾਂ ਸੁਖਬੀਰ ਬਾਦਲ ਦੇ ਸਮਝ ਆਇਆ, ਉਹ ਵੀ ਇਦਾਂ ਹੀ ਕਰਦਾ ਸੀ, ਕੈਪਟਨ ਵੀ ਇਦਾਂ ਹੀ ਕਰਦਾ ਸੀ ਤੇ ਮਾਨ ਸਾਹਿਬ ਵੀ ਇਦਾਂ ਹੀ ਕਰਦੇ ਆ। ਅਚਨਚੇਤ ਹੁੰਦਾ ਹੈ ਵੀ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ, ਕੱਲਿਆਂ ਮਾਨ ਸਾਹਿਬ ਜੇ ਸੁਣ ਰਹੇ ਹੋ ਸ਼ੋਅ ਤਾਂ ਕਿਰਪਾ ਕਰਕੇ ਨਾ ਕੰਨਾਂ ਨੂੰ ਖੋਲੋ, ਤੇਲ ਦਿਓ, ਦਵਾਈਆਂ ਬਹੁਤ ਆਉਂਦੀਆਂ ਸੱਚ ਸੁਣਨ ਵਾਲੀਆਂ। ਅਚਨਚੇਤ ਦਾ ਮਤਲਬ ਹੈ ਵੀ ਕਿਸੇ ਨੂੰ ਪਤਾ ਨਾ ਲੱਗੇ ਕਿ ਮਾਨ ਸਾਹਿਬ ਆ ਰਹੇ ਨੇ। ਫਿਰ ਮੈਂ ਮੰਨਾ ਵੀ ਤੁਸੀਂ
ਇੱਕ ਸਿੰਪਲ ਕੱਪੜਿਆਂ 'ਚ ਗਏ ਹੋ, ਮੂੰਹ ਤੇ ਥੋੜੇ ਗਏ ਹੋ, ਕੱਲੇ ਮਾਸਕ ਨੀ, ਚਲੋ ਕੱਲੇ ਵੀ ਨੀ, ਨਾਲ ਮੈਂ ਤੁਹਾਡੇ ਮਿਸਿਜ ਸਾਡੇ ਭੈਣ ਜੀ ਉਹ ਵੀ ਜਾ ਜਾ ਸਕਦੇ ਨੇ, ਬਾਕੀ ਹੋਰ ਨੀ ਲਾਮਾ, ਇੱਕ ਅੱਧਾ ਬੰਦਾ ਨਾਮ ਲਕਸ਼ਣ ਨਹੀਂ, ਇੱਕ ਅੱਧਾ ਬੰਦਾ ਵੀ ਲੈ ਲਓ, ਚਲੋ ਐਡੀ ਗੱਲ ਨਹੀਂ, ਚਲੋ ਮੁੱਖ ਮੰਤਰੀ ਹੈ, ਦੋ ਇੱਕ ਦੋ ਬੰਦੇ ਸਿਵਲ ਤਾਂ ਪਛਾਣੇ ਜਾਣੇ ਉੱਥੇ ਜਾ ਰਹੇ ਸਾਹਿਬ, ਮਾਸਕ ਲੱਗੇ ਹੋਏ ਆ ਨਾ, ਖੱਬੇ ਸੱਜੇ ਤੁਰੇ ਫਿਰਦੇ ਨੇ, ਖਿੰਡੇ ਹੋਏ ਨੇ, ਤੇ ਤੁਸੀਂ ਉੱਥੇ ਗਏ ਹੋ, ਅੱਛਾ ਲੋਕਾਂ ਨੂੰ ਪਤਾ ਹੀ ਨਹੀਂ, ਤੁਸੀਂ ਪਰਚੀ ਵਾਲੀ ਲਾਈਨ 'ਚ ਲੱਗੇ ਹੋ, ਤੁਹਾਨੂੰ ਪਤਾ ਲੱਗੇ ਕਿੰਨੀ ਕੁੱਤੇ ਖਾਣੀ ਹੁੰਦੀ ਆ, ਉਸ ਤੋਂ ਬਾਅਦ ਫਿਰ ਡਾਕਟਰਾਂ ਦੀ ਲਾਈਨ 'ਚ ਲੱਗ ਕੇ ਕਿੰਨੀ ਕੁੱਤੇ ਖਾਣੀ ਹੁੰਦੀ ਹੈ, ਕੀ ਸਹੂਲਤਾਂ ਨੇ ਹਸਪਤਾਲ ਦੇ ਵਿੱਚ, ਹੈ ਨਾ, ਤੁਹਾਨੂੰ ਪਤਾ ਲੱਗੂ, ਫਿਰ ਪਤਾ ਲੱਗੂ, ਮੋਹਾਲੀ 6 ਫੇਸ 6 ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਕਮਰਾ ਹੁੰਦਾ ਨਾ ਲੈਲ ਸਾਹਿਬ, ਜਿਹਨੂੰ ਕਹਿੰਦੇ ਆਪਾਂ ਉਹ ਜਿਹੜਾ ਇਲਾਜ ਤੋਂ ਬਾਅਦ, ਆਪਰੇਸ਼ਨ ਤੋਂ ਬਾਅਦ ਜਿਹੜਾ ਵਧੀਆ ਕਮਰਾ ਹੁੰਦਾ, ਪ੍ਰਾਈਵੇਟ ਕਮਰਾ, ਉਹ ਪ੍ਰਾਈਵੇਟ ਕਮਰਾ ਹੈ ਨਹੀਂ, ਉੱਥੇ ਡਾਕਟਰਾਂ ਦੇ ਕਮਰਿਆਂ ਨੂੰ ਪ੍ਰਾਈਵੇਟ ਕਮਰਾ ਬਣਾਇਆ ਗਿਆ। ਸੋ ਇਹ ਜਿਹੜੇ ਅਚਨਚੇਤ ਵਾਲੀ ਸ਼ਬਦ ਹੈ ਨਾ, ਤੁਸੀਂ ਨਾ ਯੂਜ਼ ਕਰਿਆ ਕਰੋ, ਇਹ ਬਾਦਲਾਂ ਨੇ ਕੰਮ ਕਰ ਲਿਆ, ਕੈਪਟਨ ਸਾਹਿਬ ਨੇ ਵੀ ਕਰ ਲਿਆ, 2000 ਬੰਦਾ ਲਾਈਨ 'ਚ ਰਜਿਸਟ੍ਰੇਸ਼ਨ ਕਰਾਉਣ ਲਈ ਖੜਾ ਹੁੰਦਾ, ਪਰਚੀ ਨਹੀਂ ਸਵੇਰੇ ਬਣਦੀ, ਨਹੀਂ ਲੈ ਸਾਹਿਬ ਪਰਚੀ ਬਣਦੀ ਹੈ, ਇਹੋ ਜਿਹੀ ਗੱਲ ਨਹੀਂ। ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਅਚਨਚੇਤ ਦਾ ਮਤਲਬ ਕੀ ਹੁੰਦਾ ਉਹ ਸਮਝਾ ਦਿਆਂ, ਤੁਸੀਂ ਅਚਨਚੇਤ ਜਾਓਗੇ ਨਾ, ਸਭ ਨੂੰ, ਸਾਰੇ ਮੀਡੀਆ ਨੂੰ ਪਤਾ ਤੁਸੀਂ ਗਏ ਹੋਏ ਹੋ, DPRO ਸਾਹਿਬ ਨੂੰ ਪਤਾ ਤੁਸੀਂ ਆ ਰਹੇ ਹੋ, ਸਾਰੇ ਡਾਕਟਰਾਂ ਨੂੰ ਪਤਾ ਤੁਸੀਂ ਆ ਰਹੇ ਹੋ, ਸਾਰੇ ਬੈੱਡ ਸ਼ਾਨਦਾਰ ਸਜਾਏ ਪਏ ਨੇ, ਫਿਰ ਤੁਸੀਂ ਕਚਹਿਰੀਆਂ 'ਚ ਜਾ ਰਹੇ ਹੋ, ਕਚਹਿਰੀਆਂ 'ਚ ਤੁਸੀਂ ਜੀ ਉਹ ਕਹਿੰਦੇ ਯੰਗ ਬੰਦਾ ਤੁਸੀਂ ਤਾਰੀਫ ਕਰ ਰਹੇ ਹੋ, ਇੱਕ ਹੋਰ ਬੰਦਾ ਐਵੇਂ ਸ਼ਰਲਾ ਮਾਰ ਕੇ ਜਾਂਦਾ, ਤਾਂ ਬਹੁਤ ਇਮਾਨਦਾਰ ਬੰਦੇ ਜੀ, ਬਹੁਤ ਇਮਾਨਦਾਰ ਬੰਦੇ ਆ, ਸਾਨੂੰ ਪਤਾ ਕਿੰਨੇ ਕੁ ਤੁਹਾਡੇ ਤਹਿਸੀਲਦਾਰ ਇਮਾਨਦਾਰ ਨੇ, ਆ ਤੁਸੀਂ ਖੜ ਜਾ ਕੇ ਦੇਖੋ, ਸ਼ਰੇਆਮ ਪਹਿ ਚੱਲਦੇ, ਸ਼ਰੇਆਮ ਐ ਤੜੱਲੇ ਨਾਲ, ਹੈ ਕੋਈ ਮਾੜਾ ਮੋਟਾ ਕੋਈ ਦੀਨਮਾਨ ਯਾਰ, ਝੂਠ ਮਾਰੋ, ਹਿਸਾਬ ਸਿਰਦਾ ਮਾਰੋ, ਠੀਕ ਹੈ ਨਾ, ਤੁਸੀਂ ਜਾਓ ਤਾਂ ਅਸੀਂ ਰਜਿਸਟਰੀ ਕਰਾਉਣਾ, ਤੁਹਾਨੂੰ ਪਤਾ ਲੱਗ ਜੂ ਵੀ ਰਜਿਸਟਰੀ ਕਹਿੰਦੇ ਕੀ ਇਹਨਾਂ ਨੇ, ਤੇ ਤੁਹਾਡੀਆਂ ਲੇਲੜੀਆਂ ਨਾ ਕਢਾ ਦੇਣ, ਜੋ ਪਹਿਲਾਂ ਚੱਲਦਾ ਸੀ ਹੁਣ ਉਹ ਤੋਂ ਵੱਧ ਚੱਲਦਾ, ਸਵਾਲ ਸਿਰ ਪੈਂਦਾ ਵੀ ਨੇਚਰ ਚੇਂਜ ਹੋ ਗਈ ਹੈ। ਖੈਰ ਆਪਾਂ ਜ਼ਿਆਦਾ ਲੈ ਗਏ, ਸੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿੱਦਾਂ ਦੀ ਲੱਗੀ, ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦੇ ਦਿਆ ਕਰੋ, ਕੱਲ੍ਹ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ, ਤਦ ਤੱਕ ਲਈ ਇਜਾਜ਼ਤ ਦੇ ਦਿਓ, ਰੱਬ ਰਾਖਾ।